ਜਿਵੇਂ ਕਿ ਮਿੱਤਰੋ ਤੁਸੀਂ ਪਿਛਲੀਆਂ ਵੀਡੀਓ ਦੇ ਵਿੱਚ ਦੇਖਿਆ ਸੀ ਆਪਾਂ ਬਣਾਇਆ ਸੀ ਡੈਰੀ ਫਾਰਮ ਤੇ ਆਪਾਂ ਲੈ ਕੇ ਆਉਂਦਿਆਂ ਸੀ ਗਾਵਾਂ ਗਾਵਾਂ ਸੂਂਆਂ ਮਿੱਤਰੋ ਹੋਰ ਆਪਣੀਆਂ ਗਾਵਾਂ ਵਧ ਗਈਆਂ ਤੇ ਹੁਣ ਆਪਣਾ ਫਾਰਮ ਹੋ ਰਿਹਾ ਵੱਡਾ ਤੇ ਆਪਾਂ ਮਿੱਤਰੋ ਸ਼ੁਰੂ ਕਰਨੀ ਹੈ ਚੀਜ਼ ਦੀ ਪ੍ਰੋਡਕਸ਼ਨ ਸ਼ੁਰੂ ਤੇ ਤਾਂ ਕਰਕੇ ਆਪਾਂ ਐਕਸਪੈਂਡ ਕਰ ਰਹੇ ਆ ਆਪਾਂ ਡੈਰੀ ਫਾਰਮ ਨੂੰ ਤੇ ਉਹਦੇ ਲਈ ਇੱਕ ਪੂਰਾ ਆਟੋਮੈਟਿਕ ਫਾਰਮ ਬਣਾਉਣਾ ਜ਼ਰੂਰੀ ਸੀ ਤੇ ਅੱਜ ਆਪਾਂ ਬਣਾਵਾਂਗੇ ਉਹ। ਤਾਂ ਵੀ ਮਿੱਤਰੋ ਜਿਵੇਂ ਕਿ ਤੁਸੀਂ ਦੇਖ ਹੀ ਸਕਦੇ ਹੋ ਗਾਵਾਂ ਦੀ ਧੜਾਰ ਵਧਦੀ ਜਾਂਦੀ ਆ ਤੇ ਬਈ ਧਾਰਾਂ ਚੂੜੀਆਂ ਵੀ ਓਖੀਆਂ ਹੋ ਰਹੀਆਂ। ਤੇ ਆਪਾਂ ਇਸੇ ਕਰਕੇ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਆਪਾਂ ਬਣਾ ਰਹੇ ਹਾਂ ਪੂਰਾ ਅੱਜ ਘੈਂਟ ਜਿਹੜਾ ਹੁੰਦਾ ਵਾ ਆਪਾਂ ਡੈਰੀ ਫਾਰਮ ਠੀਕ ਹੈ ਆਰਗੇਨਾਈਜ਼ ਵੇ ਦੇ ਵਿੱਚ ਆਪਾਂ ਬਣਾਵਾਂਗੇ ਜਿੱਦੇ ਚ ਗਾਵਾਂ ਗੂਆਂ ਵਧੀਆ ਖੜਜਾ ਕਰਨੀਆਂ 10 12 ਪਲੱਸ ਧਾਰਤੂਰ ਚੋਣੀ ਆਪਾਂ ਨੂੰ ਸੌਖੀ ਹੋਇਆ ਕਰੂਗੀ ਪਲੱਸ ਜੋ ਵੀ ਆਪਾਂ ਦੁੱਧ ਤੋਂ ਬਣਾਉਣਾ ਉਹ ਸਾਰਾ ਕੁਝ ਉੱਥੇ ਬਣੂਗਾ ਤੇ ਉਹ ਤੁਹਾਨੂੰ ਦਿਖਾਉਂਦੇ ਹਾਂ ਸਾਰਾ ਕੀ ਸਿਸਟਮ ਹੈ ਇੱਕ ਕਰੀਆ ਆਪਾਂ ਧਾਰ ਚੋ ਲਈਏ ਬਾਈ ਆ ਵੀ ਗਾਂ ਮਿੱਤਰੋ ਆਪਣੀ ਸੂਨ ਵਾਲੀ ਆ ਆ ਵੀ ਸੂਨ ਵਾਲੀ ਆ ਦੋ ਆਪਣੇ ਕੋਲੇ ਬਲਦਾ ਇੱਕ ਆ ਆਪਣੇ ਕੋਲੇ ਬੱਚਿਆ ਬਈ ਯਾਰ ਤੇ ਨਾਂ ਵੀ ਅੱਜ ਆਪਾਂ ਰੱਖਣੇ ਸੀ ਅੱਜ ਹੀ ਰੱਖਾਂਗੇ ਭਾਈ। ਲਓ ਵੀ ਮਿੱਤਰੋ ਸ਼ਾਮ ਵਾਲੀ ਧਾਰ ਚੋਲੀ ਤੇ ਹੁਣ ਤੁਹਾਨੂੰ ਮਾੜਾ ਜਿਹਾ ਅਪਡੇਟ ਤੁਹਾਨੂੰ ਇੱਧਰ ਮੈਂ ਆ ਵੀ ਦਿਖਾ ਦਿੰਦਾ ਮੈਂ ਆਪਣੇ ਥੋੜਾ ਜਿਹਾ ਇਧਰੋਂ ਤੋੜਪੰਨ ਕੀਤੀ ਸੀਗੀ ਇਧਰੋਂ ਐ ਤੋੜ ਕੇ ਆਪਾਂ ਇਧਰ ਨੂੰ ਜਾਨ ਵਾਲਾ ਵੇਹ ਬਣਾਇਆ ਵਾ ਠੀਕ ਹੈ। ਉਦੋਂ ਪਹਿਲਾਂ ਇਧਰ ਦੇਖ ਲਓ ਭਾਈ ਮੈਂ ਕਹਿੰਦਾ ਆਪਣੇ ਸੂਰਜੇ ਹੋਟਲ ਦੇ ਵੱਡੇ ਗਾਂ ਚਾਰ ਜਵਾਕ ਹੋਰ ਆ ਗਏ ਤੇ ਉਹ ਵੀ ਸੂਨ ਵਾਲੀ ਆ। ਮੈਂ ਕਹਿੰਦਾ ਸਿਸਟਮ ਸਰਾ ਹੀ ਹੋਇਆ ਪਿਆ ਤੇ ਇਧਰ ਜਿਹੜਾ ਆ ਸਿਸਟਮ ਆ ਇਹਦੇ ਇੱਕ ਦੇ ਵਿੱਚ ਦੋ ਦੋ گاਵਾ ਖੜਿਆ ਕਰਨੀਆਂ ਦੋ گاਵਾ ਨਾਟ ਗਾਹ ਤੇ ਬਲਦ ਫੇਰਦਾ ਮਿੱਤਰੋ ਤੁਹਾਨੂੰ ਪਤਾ ਹੈ ਪਤਾ ਹੀ ਆ ਕਿ ਪਾਪੂਲੇਸ਼ਨ ਵੱਧ ਜਾਂਦੀ ਆ ਤੁ ਤਾਂ ਕਰਕੇ ਆਪਾਂ ਦੋ ਦੋ گاਵਾ ਇੱਕ ਦੇ ਵਿੱਚ ਖੜਾਵਾਂਗੇ ਤੇ ਇੱਧਰ ਆਪਣੇ ਕਮਰੇ ਬਣ ਗਏ ਜਿੱਥੇ ਆਪਾਂ ਜਿੱਥੇ ਆਪਾਂ ਚੀਜ਼ ਦੀ ਜਾਂ ਹੋਰ ਚੀਜ਼ਾਂ ਦੀ ਪ੍ਰੋਡਕਸ਼ਨ ਕਰਿਆ ਕਰਾਂਗੇ ਉਹ ਕੰਮ ਵੀ ਆਪਾਂ ਸ਼ੁਰੂ ਕਰਦੇ ਆ ਤੇ ਥੋੜਾ ਜਿਹਾ ਇਹਨੂੰ ਆਪਾਂ ਬਾਅਦ ਚ ਐਕਸਟੈਂਡ ਵੀ ਕਰ ਲਾਂਗੇ ਜੇ ਆਪਾਂ ਨੂੰ گاਵਾ ਹੋਰ ਲਿਆਉਣ ਦੀ ਲੋੜ ਪਈ ਤੇ ਆਪਾਂ ਇਹਨੂੰ ਇਦਾਂ 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 ਕਰਕੇ ਭਾਵੇਂ ਉਹ ਸਰੇ ਤੱਕ ਲੈ ਜਾਈਏ ਭਾਈ ਉਦਾਂ ਐਕਸਟੈਂਡ ਕਰ ਸਕਦੇ ਆ ਤੇ ਭਾਈ ਇੰਨੀਆਂ ਫਾਰੀਆਂ ਮੈਂ ਲੱਕੜਾਂ ਚੀਰੀਆਂ ਵੀ ਆ ਮੈਂ ਕਹਾਂ ਯਾਰ ਭਾਈ ਕੰਮ ਤਾਂ ਹੁਣ ਹੈਗਾ ਹੀ ਆ ਲ ਤੇ ਹਾਊਸ ਹੋਲਡ ਬੈਲੈਂਸ ਜਿਹੜਾ ਹੈਗਾ ਆਪਣੇ ਕੋਲੇ 883 ਕਿਉਂਕਿ ਆਪਾਂ ਨੂੰ ਸਮਾਨ ਲੈ ਕੇ ਵੀ ਆਉਣਾ ਪੈਣਾ ਥੋੜਾ ਬਹੁਤ ਜੇ ਕੋਈ ਮੈਟਰ ਮੁੱਟਰ ਲਿਆਉਣ ਦੀ ਲੋੜ ਪਈ ਕੰਕਰੀਟ ਲਿਆਉਣ ਦੀ ਪਈ ਤਾਂ ਉਹ ਵੀ ਲਿਆਉਣਾ ਪਊਗਾ ਤੇ ਇਧਰ ਦੇਖੋ ਇਧਰ ਪਈਆਂ ਆਪਣੇ ਕੋਲੇ 176 ਲੱਕੜਾਈਂ ਇਧਰ ਪਈਆਂ ਤੇ ਜੇ ਕੁੱਕੜਾਂ ਦੀ ਗੱਲ ਕੀਤੀ ਜਾਵੇ ਪਿਛਲੀ ਵੀਡੀਓ ਦੇ ਵਿੱਚ ਤੁਸੀਂ ਦੇਖੇ ਸੀ ਕੁੱਕੜਾਂ ਆਪਾਂ ਅੱਡ ਕਰਤੇ ਸੀ ਤੇ ਆਂਡਿਆਂ ਨਾਲ ਵੇਖੋ ਬਾਈ ਫੇਰ ਖੁੱਡਾ ਭਰਿਆ ਪਿਆ ਮੈਂ ਕਹਿੰਦਾ ਟੋਕਰੀਆਂ ਆਪਾਂ ਨੂੰ 4-5 ਲਿਆਉਣੀਆਂ ਪੈਣੀਆਂ ਵਾ ਤੇ ਇਧਰ ਵੀ ਬਾਈ ਮੈਂ ਕਹਿੰਦਾ ਸਰਾ ਹੀ ਹੋਇਆ ਪਿਆ ਵਾ ਤੇ ਇਧਰ ਵੀ ਗੱਲਬਾਤ ਐਂ ਤੇ ਮਿੱਤਰੋ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਨੇਮ ਟੈਗ ਲੈ ਕੇ ਆਵਾਂਗੇ ਜਦੋਂ گاਵਾਂ ਨੂੰ ਇੱਧਰ ਕਰਾਂਗੇ ਉਦੋਂ ਆਪਾਂ ਨਾਂ ਰੱਖ ਰੱਖ ਕੇ گاਵਾਂ ਨੂੰ ਅੰਦਰ ਕਰਨਾ ਠੀਕ ਹੈ ਤੇ ਮੈਂ ਕਹਿੰਦਾ ਪੂਰਾ ਹੀ ਸਿਸਟਮ ਸਿਰਾ ਹੋ ਜੂ ਸ਼ਹਿਰੀ ਪਤਾ ਨਹੀਂ ਬਾਈ ਕਿੱਧਰ ਫਿਰਦਾ ਯਾਰ ਸ਼ਹਿਰੀ ਮਿੱਤਰੋ ਪਤਾ ਨਹੀਂ ਕਿੱਧਰ ਨੂੰ ਗਿਆ ਇੱਥੇ ਹੀ ਫਿਰਦਾ ਸੀ ਹੁਣੇ ਤਾਂ ਤੇ ਉਹ ਮਿੱਤਰੋ ਕਈਰ ਨਾ ਜਦੋਂ ਮੇਰੇ ਨਾਲ ਰਹਿੰਦਾ ਵਾ ਉਦੋਂ ਖਾਂਦਾ ਪੀਂਦਾ ਨਹੀਂ ਮੈਨੂੰ ਆਏ ਡਰ ਆ ਭੁੱਖ ਨਾਲ ਦਾ ਮਰ ਜੇ ਤਾਂ ਕਰਕੇ ਫਿਰ ਮੈਂ ਥੋੜਾ ਜਿਹਾ ਡਰ ਜਾ ਮੇਰੇ ਮਨ 'ਚ ਬੈਠਾ ਵਾ ਹੋਰ ਕੁਝ ਨਹੀਂ ਸੋ ਜਲਦੀ ਜਲਦੀ ਆ ਜਿਹੜੇ ਫੈਂਸ ਆਪਾਂ ਪੱਕੇ ਕਰਨੇ ਆ ਫੈਂਸ ਕਰੀ ਲਓ ਵੀ ਮੇਟਰੋ ਜਲਦੀ ਜਲਦੀ ਚੱਕੀਏ ਇਧਰੋਂ ਫੱਟੇ ਤੇ ਮੈਂਟੋ ਮੈਂਟੀ ਆ ਫੈਂਸੇ ਜੇ ਕਾਦ ਗਏ ਪੱਕੇ ਇੱਥੇ ਵੀ ਗੇਟ ਲੱਗਣਗੇ ਇੱਕ ਦੋ ਦੋ ਗੇਟ ਇਧਰ ਲੱਗਣਗੇ ਹੁਣੇ ਆਪਾਂ ਗੇਟ ਵੀ ਲਾਉਨੇ ਆ ਤੇ ਆ ਤਿੰਨ ਫੱਟੇ ਜੇ ਫੇਰ ਰਹਿ ਗਏ ਯਾਰ ਇਹਨਾਂ ਨੂੰ ਇੱਥੇ ਹੀ ਰੱਖ ਦਿੰਦੇ ਆ ਯਾਰ ਆਣਾ ਮੈਨੂੰ ਝੋਟਾ ਜਾ ਕਿ ਇੱਕ ਵਾਰੀ ਅੱਠ ਲਿਆਂਦੇ ਦੋ ਤਿੰਨ ਬਣ ਜਾਂਦਾ ਫੇਰ ਸਵਾਲ ਆਉਂਦਾ ਵਾ ਤੇ ਫੈਂਸ ਗੇਟ ਆਪਾਂ ਲਾਉਨੇ ਆ ਇਹ ਆ ਚੱਕੋ ਹੁਣ ਸਹੀ ਲੱਗਿਆ ਬਾਈ ਤੇ ਇਧਰ ਵੀ ਲਾਈਏ ਆਏ ਲਾਉਣਾ ਥੋੜਾ ਜਿਹਾ ਔਖਾ ਹੋ ਜਾਂਦਾ ਕਈ ਵਾਰ ਯਾਰ ਲਓ ਵੀ ਮਿੱਤਰੋ ਮੀਂਹ ਨੇ ਤਾਂ ਲੋਹੀ ਪੀਤਾ ਵਾ ਆਪਣਾ ਸਮਝ ਲਓ ਇਹ ਇੱਥੇ ਸਹੀ ਲੱਗਦਾ ਪਿਆ ਇੱਥੇ ਇੱਥੇ ਸਹੀ ਲੱਗਦਾ ਪਿਆ ਲਓ ਵੀ ਮਿੱਤਰੋ ਇਧਰ ਵੀ ਗੇਟ ਲੱਗ ਗਿਆ ਇਹ ਮੇਰੇ ਸਾਹ ਨਾਲ ਥੋੜਾ ਜਿਹਾ ਉੱਚਾ ਲੱਗ ਗਿਆ ਤੇ ਫੇਰ ਮਿੱਤਰੋ ਬਿਜਲੀ ਕੜ ਕੇ ਬੱਦਲ ਗਰਜੇ ਵਾਲਾ ਕੰਮ ਹੋ ਗਿਆ ਤੇ 19:00 ਵਜੇ ਦੇਖਦੇ ਆ ਸੌਂ ਗਏ ਜੇ ਸੌ ਸਕਦੇ ਹੋਈ ਆ ਇੱਥੇ ਮੀਂਹ ਚ ਹੀ ਸੌਂ ਜਣਾ ਆਪਾਂ ਘਰ ਬਣਾਉਣ ਨੂੰ ਤੁਸੀਂ ਬਹੁਤ ਜਾਣੇ ਕਹਿੰਨੇ ਪਏ ਆ ਬਈ ਘਰ ਬਣਾਓ ਘਰ ਬਣਾਓ ਘਰ ਬਣਾਓ ਬਣਾਵਾਗੇ ਬਈ ਘਰ ਵੀ ਇੱਕ ਆਲੀ ਮੜੀ ਜੀ ਅੱਖ ਜੀ ਲ ਰਾਤ ਮੀਮੂ ਵਾਧੂ ਪਿਆ ਬਾਈ ਛੱਤ ਦੀ ਵੀ ਚੂਨ ਲੱਗ ਗਈ ਸੀ ਆ ਵੀ ਆਪਾਂ ਢਾ ਹੀ ਦੇਣਾ ਮਿੱਤਰੋ ਇਹ ਵੀ ਆਪਾਂ ਢਾ ਕੇ ਨਾ ਇੱਥੇ ਕੁਝ ਘੈਂਟ ਜਿਹਾ ਬਣਾਵਾਂਗੇ ਤੇ ਇੱਕ ਆਪਾਂ ਰੂਮ ਬਣਾਉਣਾ ਮਿੱਤਰੋ ਜਿਹਦੇ ਵਿੱਚ ਆਪਾਂ ਸਾਰਾ ਆਪਦਾ ਸਮਾਨ ਸਮੁੰਡ ਰੱਖ ਸਕੀਏ ਜਿਵੇਂ ਲੱਕਣਾ ਸੀਮੈਂਟ ਐਜਾ ਕੁਛ ਤੇ ਉਹਦੇ ਚ ਲੌਗ ਲੂ ਗ੍ਰੈਕ ਵਾਲੇ ਬਣਾਵਾਂਗੇ ਇਹ ਮੈਨੂੰ ਦੱਸਿਓ ਆਪਾਂ ਕਿੱਥੇ ਜੇ ਬਣਾਈਏ ਠੀਕ ਆ ਫਿਰ ਆਪਾਂ ਨੈਕਸਟ ਵੀਡੀਓ ਦੇ ਵਿੱਚ ਉਹਨੂੰ ਵੀ ਤਿਆਰ ਕਰਾਂਗੇ ਤੇ ਆ ਗੇਟ ਜੇ ਕਰੀਏ ਪੂਰੇ ਤੇ ਮੈਂਟੋਮੈਟਿਕ ਖਿੱਚੀਏ ਕੰਮ ਲਓ ਵੀ ਮਿੱਤਰੋ ਇਧਰ ਦਾ ਹੋ ਗਿਆ ਫੈਂਸ ਜੇ ਪੱਕੇ ਆ ਵੀ ਕਰੀਏ ਤੇ ਲਓ ਵੀ ਮਿੱਤਰੋ ਆ ਵੀ ਕੰਮ ਹੋ ਗਿਆ ਤੇ ਇੱਧਰ ਪਹਿਲਾਂ ਗੇਟ ਜੇ ਵੀ ਲਾ ਹੀ ਲਈਏ ਬਾਈ ਗੇਟ ਲੈਂਦੇ ਆ ਆਪਣੇ ਲਾਉਣ ਵਾਲੇ ਗੇਟ ਵੇਖੀਏ ਕਿ ਹਿਸਾਬ ਨਾਲ ਲੱਗਣਗੇ ਲੱਗ ਜਾ ਲੱਗ ਜਾ ਆ ਵੀ ਲੱਗ ਗਿਆ ਲਓ ਵੀ ਮਿੱਤਰੋ ਗੇਟ ਆ ਤਿੰਨੇ ਲੱਗ ਗਏ ਤੇ ਮੈਂ ਕਹਿੰਦਾ ਜਮਾ ਓਕੇ ਹੋ ਗਿਆ ਕੰਮ ਇੱਧਰੋਂ ਦੀ ਆਪਾਂ ਐਂਟਰੈਂਸ ਬਣਾਤੀ ਆਹਾ ਥੋੜਾ ਜਿਹਾ ਆਪਾਂ ਨੂੰ ਆ ਛੋਟਾ ਕਰਨਾ ਪਿਆ ਪਿਕਸਲ ਆ ਪਰ ਚਲ ਕੋਈ ਨਾ ਹੁਣ ਪਿਕਸਲਾ ਖਾਨ ਨੂੰ ਵੀ ਦੇਣ ਵਾਲਾ ਇਹਨਾਂ ਨੂੰ ਖਾਓ ਮਿੱਤਰੋ ਐਸ਼ ਕਰੋ ਆ ਗੇਟ ਜਾਂ ਮਿੱਤਰੋ ਆਪਾਂ ਇੱਧਰ ਕਰਤਾ ਸੀ ਇਹਨਾਂ ਦਾ ਹਟ ਜਾਓ ਯਾਰ ਇਹ ਭਰਦਾ ਹੀ ਨਹੀਂ ਕਿਸੇ ਹਿਸਾਬ ਦੇ ਨਾਲ ਕੋਈ ਨਾ ਦੇਖਦੇ ਆ ਮਿੱਤਰੋ ਇਹਦਾ ਦੇਖਦੇ ਆ ਕੋਈ ਨਾ ਆਪਾਂ ਨਹੀਂ ਫਿਰ ਕਣਕ ਲਿਆ ਕੇ ਆਪਾਂ ਦੋ ਬੋਰੀਆਂ ਉਹ ਪਾ ਦਾਂਗੇ ਹੋਰ ਤਾਂ ਫਿਰ ਕੀ ਆ ਮਿੱਤਰੋ ਜਦੋਂ ਭਰਦਾ ਹੀ ਨਹੀਂ ਪਿਆਗਾ ਇਹ ਇਹਨਾਂ ਨੂੰ ਚੱਕੀਏ ਫੱਟਿਆਂ ਨੂੰ ਤੇ ਆ ਫੱਟੇ ਚੱਕ ਰਹੀਏ ਪੱਕੇ ਮਿੱਤਰੋ ਮੈਂ ਟੋ ਮੈਂ ਟਿੰ ਨਵੇੜ ਦੇ ਕੇ ਕੰਮ ਯਾਰਾ ਮੈਂ ਫੁੱਲ ਵੀ ਕਰਤਾ ਫਿਰ ਵੀ ਨਹੀਂ ਪਈ ਯਾਰ ਪਤਾ ਨਹੀਂ ਮਿੱਤਰੋ ਕੀ ਚੱਕਰ ਆ ਬਾਈ ਖਾਂਦੇ ਹੀ ਬਹੁਤ ਆ ਬਾਈ ਮੇਰੇ ਹਿਸਾਬ ਨਾਲ ਪਤਾ ਨਹੀਂ ਕੀ ਸਿਸਟਮ ਹੋ ਗਿਆ ਮਿੱਤਰੋ ਇਹ ਆ ਤਾਂ ਭਰਦਾ ਹੀ ਨਹੀਂ ਪਿਆਗਾ ਯਾਰ ਭੁੱਖੇ ਨਾ ਮਰ ਜਾਣ ਮੈਨੂੰ ਮਿੱਤਰੋ ਨਾ ਟੈਂਸ਼ਨ ਪੈ ਜਾਂਦੀ ਹੈ ਕਈ ਵਾਰੀ ਲਓ ਮਿੱਤਰੋ ਆਪਾਂ ਜਿਹੜਾ ਕੰਮ ਕਰਦੇ ਪਏ ਆ ਉਹ ਕਰੀਏ ਛੇਤੀ ਛੇਤੀ ਫੱਟੇ ਚੱਕੀਏ ਤੇ ਜਿਹੜੇ ਆਪਣੇ ਗੇਡ ਗੂਡ ਚ ਗੇਟ ਗ੍ਰੇਲਾਂ ਬਣਾਉਣ ਵਾਲੇ ਆ ਮੈਂ ਟੋਮੇਂਟੀ ਬਣਾ ਕੇ ਪਰਾਂ ਕਰੀਏ ਬਈ ਅੱਜ ਆਪਾਂ ਨੂੰ ਮਿੱਤਰੋ ਲੱਕੜਾਂ ਹੋਰ ਚੀਰਨੀਆਂ ਪੈਣਗੀਆਂ ਸੋ ਬਾਕੀ ਮਿੱਤਰੋ ਪਿਛਲੀ ਵੀਡੀਓ ਦਾ ਕਮੈਂਟਾਂ ਵਿੱਚ ਪੁੱਛਿਆ ਸੀ ਕਿ ਆਪਾਂ ਨੈਕਸਟ ਵੀਹਿਕਲ ਕਿਹੜਾ ਲਈਏ ਤੇ ਬਹੁਤ ਜਾਣੇ ਕਹਿ ਰਹੇ ਆ ਬਈ ਪਿਕਅਪ ਲਿਓ ਪਿਕਅਪ ਦੇ ਵਿੱਚ ਵਧੀਆ ਸਮਾਨ ਸਮੂੜ ਰੱਖ ਕੇ ਲਿਆ ਸਕਦੇ ਹੋ ਤੇ ਦੇਖਦੇ ਆ ਮਿੱਤਰੋ ਜਦੋਂ ਆਪਣੇ ਕੋਲੇ ਪੈਸੇ ਜੇ ਹੋਏ ਅੱਜ ਆਪਾਂ ਰੇਟ ਰੂਟ ਦੇਖ ਕੇ ਆਵਾਂਗੇ ਪਿਕਅਪ ਦਾ ਕਿੰਨਾ ਵਾ ਤੇ ਫਿਰ ਵੇਹੇ ਤਾਂ ਪਾਉਣੀਆਂ ਦਾ ਲੱਕੜਾ ਮਿੱਤਰੋ ਇੱਚ ਵੀ ਆ ਆ ਚਾਰ ਵੀ ਪੱਕੀਆਂ ਕਰਦ ਗਏ ਆਹ ਲਈ ਜਿਹੜੀ ਆਹ ਵਾਲੀ ਲੈਣਾ ਇਹ ਹਜੇ ਪੱਕਾ ਕਰਨ ਦੀ ਕੋਈ ਥਲਾਹ ਨਹੀਂ ਗਈ ਇਹ ਆਪਾਂ ਦੇਖਦੇ ਆ ਕਿ ਕਿਸ ਹਿਸਾਬ ਨਾਲ ਕੀ ਪ੍ਰੋਜੈਕਟ ਬੰਨਦਾ ਗਾਂ ਇਹ ਰਾਂ ਆਪਾਂ ਜਿਹੜਾ ਕਰਦੇ ਪਏ ਆ ਇਹ ਪੂਰਾ ਕਰ ਗਏ ਕਮਰਿਆਂ ਮੰਨੀ ਬਾਅਦ ਚੋ ਜਾਵਾਂਗੇ ਆਪਾਂ ਇਹ ਰਾਂ ਹਜੇ ਆਪਾਂ ਫੈਂਸ ਫੂਨਸ ਬਣਾ ਕੇ ਗਾਵਾਂ ਨੂੰ ਖੜਦਾ ਕਰਦਾ ਕਰ ਲਗੇ ਲਓ ਵੀ ਮਿੱਤਰੋ ਆਧਾ ਹੋ ਗਿਆ ਕੰਪਲੀਟ ਯਾਰ ਆ ਤਾਂ ਹੋ ਗਿਆ ਕੰਪਲੀਟ ਤੇ ਹੁਣ ਆਪਾਂ ਕੀ ਕਰਨਾ ਵਾ ਮੇਰੇ ਹਿਸਾਬ ਨਾਲ ਥੋੜੀ ਬਹੁਤੀ ਮੈਂ ਗਲਤੀ ਕੀਤੀ ਆ ਕੋਈ ਤਾਂ ਚੀਜ਼ ਤੋੜਨੀ ਪੈ ਸਕਦੀ ਆ ਮੈਨੂੰ ਹੁਣ ਆਪਾਂ ਜਾਣਾ ਆਪਾਂ ਘਰ ਬਣਾਉਣ ਵਾਲੇ ਸਿਸਟਮ ਦੇ ਵਿੱਚ ਆਹ ਹਾਲਾ ਤੇ ਇਹਦੇ ਚ ਆਪਾਂ ਨੂੰ ਚਾਹੀਦਾ ਹੈਗਾ ਵਾ ਆਹ ਫਰੇਮ। ਤੋਂ ਆਪਾਂ ਫਰੇਮ ਲਾਉਣੇ ਆ ਬਾਈ। ਇੱਕ ਇਹ ਹਿਸਾਬ ਨਾਲ ਲੱਗਣਗੇ। ਆਹ ਇੱਥੇ ਇੱਥੇ ਤੇ ਇੱਥੇ ਨਹੀਂ ਲੱਗਦਾ ਪਿਆ ਬਾਈ ਪੂਰਤੀ ਬਾਈ ਮੈਂ ਥੋੜੀ ਜੀ ਪੂਰਤੀ। ਥੋੜੀ ਜੀ ਪੂਰਤੀ ਮੇਰੇ ਹਿਸਾਬ ਨਾਲ ਥੋੜੀ ਜੀ ਪੂਰਤੀ ਇੱਥੇ ਦੋ ਫਰੇਮ ਲਾਉਣੇ ਆ ਕਰਦੇ ਆ ਕੋਈ ਨਾ ਇਹਦਾ ਵੀ ਹਿਲਾ ਇਹਦਾ ਵੀ ਕਰਦੇ ਆ ਆਹ ਤਾਂ ਆਪਾਂ ਤੋੜਨਾ ਹੀ ਆ ਵੈਸੇ ਵੀ। ਮਿੱਤਰੋ ਕੀਤੇ ਕਰਾਇ ਆਏ ਫੱਟੇ ਖਰਾਬ ਹੁੰਦੇ ਜਦੋਂ ਆਪਾਂ ਕੋਈ ਨਵੀਂ ਚੀਜ਼ ਬਣਾਉਣੀ ਹੁੰਦੀ ਹੈ ਨਾ ਉਦੋਂ ਥੋੜਾ ਜਿਹਾ ਕਈ ਵਾਰੀ ਕੰਮ ਖਰਾਬ ਹੁੰਦਾ ਵਾ ਦੁਬਾਰਾ ਬਿਲਡ ਬੁੱਕ ਚ ਜਾਈਏ ਤੇ ਇੱਥੇ ਆਪਾਂ ਨੂੰ ਉਹ ਲਾਉਣੇ ਪੈਣਿਆ ਇਹਦੇ ਬਲੂਪ੍ਰਿੰਟ ਲਓ ਵੀ ਮਿੱਤਰੋ ਬਲੂਪ੍ਰਿੰਟ ਜੇ ਦਾ ਲਾਤੇ ਉਹੇ ਪਾਸ ਕਰ ਹੁਣ ਲਾ ਕੇ ਵੇਖਦੇ ਆ ਫਰੇਮ ਪਹਿਲਾਂ ਫਰੇਮ ਪੱਕੇ ਕਰਨੇ ਪੈਣਿਆ ਉਦੋਂ ਬਾਅਦ ਆਪਾਂ ਦੂਜਾ ਇਹ ਥੱਲੜ ਲਈ ਫੈਂਸ ਬਣਾ ਸਕਦੇ ਆ ਮਿੱਤਰੋ ਜਿੰਨੇ ਕ ਬਣਦੇ ਪਏ ਨਾ ਪਹਿਲਾਂ ਮੈਨੂੰ ਉਨੇਕ ਬਣਾਉਣ ਦੋ ਐਨੇ ਕ ਤਾਂ ਬਣਦੇ ਪਏ ਆ ਯਾਰ ਆ ਆ ਵੀ ਬਣ ਜਾਊਗਾ ਆ ਵੀ ਬਣ ਗਿਆ ਆ ਕਿਉਂ ਨਹੀਂ ਆ ਵੀ ਤੋੜਨਾ ਪਊਗਾ। ਬਾਈ ਮੇਰਾ ਨਾ ਸੌਂ ਲੱਗੇ ਦਿਲ ਟੁੱਟਦਾ ਜਦੋਂ ਐਂ ਚੀਜ਼ ਬਣੀ ਬਣਾਈ ਤੋੜਨੀ ਪੈਂਦੀ ਆ ਦੇਖੋ ਇੱਧਰ ਲੱਗ ਗਏ। ਇੱਧਰ ਫੇਰ ਨਹੀਂ ਲੱਗਿਆ ਯਾਰ। ਆ ਤੋੜਨਾ ਪਊਗਾ। ਇਹ ਆਪਾਂ ਨੂੰ ਹੁਣ ਇੱਕ ਵਾਰੀ ਪਹਿਲਾਂ ਫਰੇਮ ਲਾ ਕੇ ਇੱਧਰ ਲੱਗ ਗਏ। ਇੱਧਰ ਅੱਛਾ ਠੀਕ ਆ ਤਾਂ ਹੀ ਨਹੀਂ ਲੱਗਦਾ ਪਿਆ। ਇਹ ਇੱਧਰ ਇੱਧਰ ਵੀ ਨਹੀਂ ਲੱਗਦਾ ਪਿਆ। ਆ ਵੀ ਤੋੜਨਾ ਪੈਣਾ ਵਾ। ਆ ਗਿਆ ਆ ਗਿਆ ਆ ਗਿਆ ਆ ਗਿਆ ਆ ਗਿਆ ਫੈਸਟਮ ਲੋਟ। ਓ ਬੱਲੇ। ਇੱਧਰਲੇ ਪਾਸੇ ਵੀ ਦੇਖੀਏ ਭਾਈ ਓਖਾ ਹੋ ਗਿਆ ਸੀ ਮੈਨੂੰ ਆਏ ਹੋ ਗਿਆ ਸੀ ਭਾਈ ਕਿਤੇ ਕੀਤੇ ਖਰਾਈ ਤੇ ਖੂਣਾ ਉਹ ਹੁਣ ਪਹਿਲੇ ਭਾਈ ਪਾਣੀ ਕੀਤੀ ਕਰਾਈ ਤੇ ਤੇ ਆ ਤਾਂ ਲੱਗਦਾ ਪਿਆ ਵਾ ਤੂੰ ਲੱਗਦਾ ਕਿ ਨਹੀਂ ਇਹ ਨਹੀਂ ਲੱਗਦਾ ਪਿਆ ਯਾਰ ਮੇਰੇ ਸਾਰਾ ਬਾਹਰ ਨੂੰ ਹੁੰਦਾ ਪਿਆ ਫਰੇਮ ਕਿਤੇ ਕਿਤੇ ਭਰ ਵੀ ਜਾਂਦੀ ਹੈ ਮਿੱਤਰੋ ਕਿਤੇ ਕਿਤੇ ਸਰ ਵੀ ਜਾਂਦਾ ਕੱਲਾ ਹਾਲਾ ਮੈਨੂੰ ਗਲਤ ਜਾ ਲੱਗਦਾ ਪਿਆ ਵਾ ਕਿ ਨਹੀਂ ਠੀਕ ਆ ਭਾਈ ਠੀਕ ਆ ਠੀਕ ਆ ਗਾਵਾ ਇਥੋਂ ਬਾਹਰ ਤਾਂ ਨਹੀਂ ਆਉਂਦੇਗਾ ਮੈਂ ਕਹਿੰਦਾ ਜਮਾਂ ਓਕੇ ਆ ਭਾਈ ਤੇ ਹੁਣ ਆ ਕਰੀਏ ਪੱਕਾ ਥੋੜੇ ਫੱਟੇ ਖਰਾਬ ਹੋ ਗਏ ਆਪਣੇ ਥੋੜੇ ਕਿ ਵਾਧੂ ਥਾਰੇ ਹੋ ਗਏ ਬਾਈ ਪਰ ਕੋਈ ਚੱਕਰ ਨਹੀਂ ਯਾਰ ਜੋ ਹੋਣਾ ਸੀ ਹੁਣ ਤਾਂ ਹੋ ਗਿਆ ਬਾਈ ਆ ਫੈਂਸ ਪੱਕਾ ਕਰਕੇ ਵੇਖੇ ਜੀ ਤੇ ਆਪਾਂ ਨੂੰ ਸ਼ੱਕ ਜਾਵਾ ਕਿਉਂਕਿ ਇਹ ਜ਼ਰੂਰੀ ਹੈ ਲਓ ਜੀ ਮਿੱਤਰੋ ਆ ਫੈਂਸ ਵੀ ਹੋ ਗਿਆ ਪੱਕਾ ਇਹ ਥੋੜਾ ਪੁੱਠਾ ਲੱਗ ਗਿਆ ਦੂਜਾ ਬਾਹਰ ਨੂੰ ਸੀਗਾ ਚੱਲ ਕੋਈ ਨਾ ਯਾਰ ਇਹਨਾਂ ਦਾ ਚੱਲਦਾ ਮਿੱਤਰੋ ਤੇ ਹੋਰ ਲਾਈਏ ਫੱਟੇ ਜੇ ਮੈਂ ਟੋਮੇਟੋਜ਼ ਕੰਮ ਨਾ ਕਰ ਦਈਏ ਯਾਰ ਇਹ ਜਿਹੜਾ ਦੂਰੀ ਤੋਂ ਕਰਨਾ ਪੈਂਦਾ ਨਾ ਇੱਥੋਂ ਥੋੜਾ ਔਖਾ ਹੋ ਜਾਂਦਾ ਵੇ ਤੇ ਤੁਹਾਨੂੰ ਵਧੀਆ ਲੱਗਦੀ ਪਈ ਹੋਊਗੀ ਵੀਡੀਓ ਬਿਲਡਿੰਗ ਵਾਲੀ ਤਾਂ ਤੁਹਾਨੂੰ ਮਤਰਾ ਸ਼ੌਂਕ ਜੇ ਨਾਲ ਦੇਖਦੇ ਹੋਊਂਗੇ ਕਿ ਕਿਵੇਂ ਹੈਪੀ ਬ ਕਿ ਪਿਛਲ ਕੇ ਵੀਡੀਓ ਦੇ ਵਿੱਚ ਵੀ ਤੁਹਾਨੂੰ ਵਧੀਆ ਮਜ਼ਾ ਆਇਆ ਸੀ ਫੁੱਲ ਤੇ ਆਹ ਫਰੇਮ ਬੰਦਾ ਤਿੰਨ ਫੱਟਿਆਂ ਦੇ ਨਾਲ ਇੱਕ ਓਕੇ ਫਰੇਮ ਵੀ ਪੱਕੇ ਕਰਦਗੇ ਹੁਣ ਤੇ ਫਿਰ ਵੇਖੋ ਬਾਈ ਕਿਵੇਂ ਜਦੋਂ ਵਿੱਚ ਗਾਵਾਂ ਗੂਆਂ ਖੜ ਗਈਆਂ ਸਾਰਾ ਸਿਸਟਮ ਲੱਗ ਗਿਆ ਨਾ ਫਿਰ ਤੁਸੀਂ ਕਹੋਗੇ ਕਿ ਹਾਂ ਹੈਪੀ ਕੈਂਟ ਆ ਬਈ ਇਹ ਕਿਰਾਂ ਦਾ ਮਿੱਤਰੋ ਤੁਸੀਂ ਕਮੈਂਟਾਂ ਦੇ ਵਿੱਚ ਆਈ ਕਹਿੰਦੇ ਪਏ ਸੀ ਕਿ ਹੈਪੀ ਬਾਰਨ ਬਣਾ ਤੇ ਉਹਦੇ ਨਾਲ ਹੀ ਕੀ ਕਹਿੰਦੇ ਹੁੰਦੇ ਆ ਉਹਦੇ ਚ ਗਾਵਾਂ ਰੱਖ ਉਹਦੇ ਚ ਸਾਰਾ ਕੁਝ ਰੱਖ ਉਹ ਬਾਰਨ ਚਈਣਾ ਸਵਾਦ ਕਿੱਥੇ ਮਿੱਤਰੋ ਜਿਹੜਾ ਆਪਾਂ ਖੁਦ ਆਪਾਂ ਕਸਟਮ ਆਪਾਂ ਆਪਦੇ ਹਿਸਾਬ ਨਾਲ ਬਣਾਵਾਂਗੇ ਛੱਤ ਛੁੱਟ ਪਊਗੀ ਇਹਦੇ ਦੀ ਪੂਰੀ ਕੈਂਟ ਬਾਈ ਮਿੱਤਰੋ ਫੱਟੇ ਜਿਦਾ ਜਿੰਨੇ ਮੈਂ ਮੈਂ ਕਹਿੰਦਾ ਚੀਰੇ ਸੀ ਸਾਰੇ ਹੀ ਮੁੱਕ ਜੇ ਗਏ ਬਈ ਓਏ ਆਲੇ ਫਰੇਮ ਮਿੱਤਰੋ ਹਜੇ ਮੈਂ ਪੱਕੇ ਨਹੀਂ ਕਰਦਾਗਾ ਇਹ ਮੈਂ ਸੋਚਦਾ ਕਿ ਆਪਾਂ ਇਧਰ ਨੂੰ ਵੀ ਵਧਾ ਲਈਏ ਕੰਮ ਬਾਕੀ ਦੇਖਦੇ ਜੇ ਇੱਕ ਰੂਮ ਦੇ ਨਾਲ ਸਰਦਾ ਹੋਇਆ ਤਾਂ ਤਾਂ ਠੀਕ ਆ ਨਹੀਂ ਹਜੇ ਆਪਾਂ ਇਹ ਪੱਕੇ ਨਹੀਂ ਕਰਦੇ ਫਰੇਮ ਲਓ ਵੀ ਮਿੱਤਰੋ ਆਦਾ ਪੀਪਰ ਪੁਰ ਗਿਆ ਬਾਈ ਜਾਂ ਫਿਰ ਮੇਰੇ ਲਈ ਮਿੱਤਰੋ ਇਹ ਦਿਖਣੋਂ ਹਟ ਗਿਆ ਸੀ ਬਈ ਇਹਦਾ ਨੰਬਰ ਨੂੰ ਪਰ ਕੋਈ ਗਲਿਚ ਹੋ ਗਿਆ ਹੋਊਗਾ ਤੇ ਬਾਕੀ ਮਿੱਤਰੋ ਕਿੰਨੀ ਹੋ ਗਿਆ ਜਨਵਾਰ ਜੇ ਤੇ ਆਪਾਂ ਫਟੇਲਾਈਜ਼ਰ ਜਾਂ ਬਣਾਉਣ ਵਾਲਾ ਵੀ ਲੈ ਕੇ ਆਉਣਾ ਸੀਗਾ ਕੰਪੋਸਟਰ ਉਹ ਵੀ ਨਹੀਂ ਆਪਣੇ ਤੋਂ ਲਿਆਂਦਾ ਗਿਆ ਯਾਰ ਟਾਈਮ ਹੀ ਨਹੀਂ ਲੱਗਿਆ ਤੇ ਹੁਣ ਇਹਦੇ ਤੇ ਪਾਉਗੀ ਮਿੱਤਰੋ ਛੱਤ ਤੇ ਉਦੋਂ ਪਹਿਲਾਂ ਬਣੂਗਾ ਇੱਥੇ ਇੱਕ ਰੂਮ ਠੀਕ ਹੈ ਰੂਮ ਬਣਾ ਕੇ ਦੇਖਦੇ ਆਂ ਬਈ ਫਰੇਮ ਪਹਿਲਾਂ ਲਾ ਲਈ ਮੇਰੇ ਹਿਸਾਬ ਨਾਲ ਕੰਮ ਗਲਤ ਕਰ ਲਿਆ ਆਪਾਂ ਚਲੋ ਦੇਖਦੇ ਆਂ ਦੇਖਦੇ ਆਂ ਬਿਲਡ ਬੁੱਕ ਦੇ ਵਿੱਚ ਜਾ ਕੇ ਆਪਾਂ ਸੋ ਆਪਾਂ ਮਿੱਤਰੋ ਆਹ ਲਾਵਾਂਗੇ ਸ਼ੀਸ਼ੇ ਵਾਲੀਆਂ ਭਾਈ ਸ਼ੀਸ਼ੇ ਵਾਲੀਆਂ ਕੰਧਾਂ ਲ ਉਏ ਲੱਗਣ ਲੁਗਣ ਗਿਆ ਵੀ ਕਿ ਨਹੀਂ ਬਾਈ ਮੈਨੂੰ ਲੱਗਦਾ ਮੈਂ ਆਪਾਂ ਪੂਰਤੀ ਬਾਈ ਇਹਨੂੰ ਆਪਾਂ ਦੂਜੇ ਪਾਸੇ ਨੂੰ ਮੂੰਹ ਕਰਕੇ ਲਾਦ ਕੇ ਇੱਧਰ ਨਹੀਂ ਲੱਗਦੀ ਭਾਈ ਕਹਿੰਦਾ ਇੱਧਰ ਵੀ ਲੱਗਦੀ ਆ ਲੱਗਦੀ ਆ ਲੱਗਦੀ ਆ ਲੱਗਦੀ ਆ ਲੱਗਦੀ ਆ ਇੱਥੇ ਨਹੀਂ ਲੱਗਦੀ ਭਾਈ ਯਾਰ ਮੇਰੇ ਖਿਆਲ ਨਾਲ ਗੇਟ ਦਾ ਚੱਕਰ ਪੈਂਦਾ ਬਾਈ ਇਹਦਾ ਇੱਕ ਮਿੰਟ ਹੁਣ ਦੇਖਦੇ ਹਾਂ ਹੁਣ ਦੇਖਦੇ ਆ ਕਈ ਚੀਜ਼ਾਂ ਮਿੱਤਰੋ ਆਪਾਂ ਨੂੰ ਤੋੜ-ਤੋੜ ਕੇ ਲਾਉਣੀਆਂ ਪੈਣਗੀਆਂ ਆ ਦੇਖੋ ਇੱਥੇ ਲੱਗਦੀ ਆ ਆ ਬਚਾਲੇ ਵੀ ਲੱਗੀ ਕੋਈ ਨਹੀਂ 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 ਆ ਬਣ ਗਿਆ ਆਪਣੇ ਮਿੱਤਰੋ ਰੂਮ ਤੇ ਇਹ ਕੰਦਾ ਕੁੰਦਾ ਪੱਕੀਆਂ ਕਰਦੇ ਆ ਪਹਿਲਾਂ ਗੇਟ ਦਵਾਰਾ ਲਾਈਏ ਬਾਈ ਲਓ ਜੀ ਮਿੱਤਰੋ ਗੇਟ ਵੀ ਲੱਗ ਗਿਆ ਸ਼ੋਹਰ ਆ ਬਾਈ ਮੈਨੂੰ ਐਂ ਸੀ ਗੇਟ ਹੋਰ ਕਿਤੇ ਲੱਗੇ ਨਾ ਤੇ ਆ ਸਿਸਟਮ ਹੋ ਗਿਆ ਆਪਣੇ ਰੂਮ ਵਾਲਾ ਤੇ ਇਹਦੇ ਉੱਤੇ ਪਾਉਗੀ ਛੱਤ ਉਦੋਂ ਪਹਿਲਾਂ ਇਹਦੇ ਚ ਕੀ ਪੈਣਾ ਮੈਂ ਗਲਾਸ ਪੈਣਾ ਤੇ ਗਲਾਸ ਲੈ ਕੇ ਆਈਏ ਇੱਕ ਤਾਂ ਆਪਾਂ ਬੁੱਟ ਤਾਂ ਮਿੱਤਰੋ ਆਪਣੇ ਕੋਲੇ ਹੈਗਾ ਹੀ ਆ ਅੱਜ ਨਾ ਵੀਡੀਓ ਬਣਾਉਣ ਤੋਂ ਪਹਿਲਾਂ ਮਿੱਤਰੋ ਖਾਲੇ ਮੈਂ ਆਲੂ ਵਾਲੇ ਪਰੌਂਠੇ ਆਏ ਇੰਨੇ ਸਵਾਦ ਤਿੰਨ ਖਾ ਗਿਆ ਹੁਣ ਇੱਥੋਂ ਤੱਕ ਫੁੱਲ ਹੋਇਆ ਪਿਆ ਕੰਮ ਬੋਲਿਆ ਵੀ ਨਹੀਂ ਜਾਂਦਾ ਪਿਆ ਬਾਈ ਆ ਗੇਟ ਚੈੱਕ ਕਰੀਏ ਪੂਰਾ ਤੇ ਲੱਕੜਾ ਮਿੱਤਰੋ ਸਮਝ ਲਓ ਅੱਜ ਆਪਾਂ ਨੂੰ ਹੋਰ ਚੀਰਨੀਆਂ ਪਹਿਣਗੀਆਂ ਲੱਕੜਾਂ ਦਾ ਵਟਣੀਆਂ ਹੀ ਪਹਿਣੀਆਂ ਫੇਰੀ ਗੱਲ ਬਾਨੀਆਂ ਆ ਜਿਹੜਾ ਆਪਾਂ ਰੂਮ ਬਣਾਇਆ ਨਾ ਇਹ ਰੂਮ ਦਾ ਆਪਣਾ ਕੰਮ ਹੋਊਗਾ ਕਿ ਇਹਦੇ ਚ ਆਪਾਂ ਚੀਜ਼ ਚੂਜ਼ ਦਾ ਪ੍ਰੋਡਕਸ਼ਨ ਕਰਾਂਗੇ ਆਪਾਂ ਸਾਰਾ ਉਹ ਗੈਸ ਸਿਲੰਡਰ ਜਾ ਲਾ ਕੇ ਠੀਕ ਹੈ ਤੇ ਹੁਣ ਲੈ ਕੇ ਚੱਲਦੇ ਆ ਆਪਣੀ ਭੂੰਡੀ ਗਲਾਸ ਵਿਖੇ ਆਪਾਂ ਨੂੰ ਕਿੰਨਾ ਚਾਹੀਦਾ ਯਾਰ ਗਲਾਸ ਆਪਾਂ ਨੂੰ ਐਸੇ ਚਾਹੀਦਾ ਵਾਵਾ ਖੜ ਜੋ ਰੋਕ ਹੀ ਜਾਂਦੇ ਆ ਆਪਾਂ ਗਲਾਸ ਇੱਥੇ ਆਪਾਂ ਛੱਤ ਵੀ ਪਾਉਣੀ ਆ ਰੂਮ ਤੇ ਵੀ ਛੱਤ ਪਾਉਣੀ ਆ ਉਹ ਕੰਮ ਵੀ ਕਰ ਹੀ ਲਈਏ ਉਹ ਇਹਨੂੰ ਆਪਾਂ ਆਏ ਆਉਣੀਆਂ ਆ ਇਹ ਆਪਾਂ ਛੱਤ ਐਦਾਂ ਵਾਲੀ ਪਾਉਣੀ ਆ ਇਹ ਇਹ ਆਇਟਰ ਯਾਵਾ ਦਾ ਪੂਰਾ ਮੈਂ ਕਹਿੰਦਾ ਘੈਂਟ ਲੱਗਦਾ ਪਿਆ ਕੰਮ ਦੇਖੋ ਬਈ ਆ ਛੱਤ ਪੈ ਗਈ ਇੱਧਰ ਤੇ ਇੱਧਰ ਵੀ ਪਾਈਏ ਹੁਣ ਮੈਂਟੋ ਮੈਂਟੀ ਥੋੜਾ ਬਾਈ ਮੈਸਤਰੀ ਮਿੱਤਰੋ ਤਕੜਾ ਬਣ ਗਿਆ ਬਾਕੀ ਗੱਲਾਂ ਦੀਆਂ ਗੱਲਾਂ ਮੈਸਤਰੀ ਘੈਂਟ ਆਪਾਂ ਲਓ ਵੀ ਮਿੱਤਰੋ ਚੱਕੋ ਆ ਛੱਤ ਵੀ ਹੋ ਗਈ ਠੀਕ ਆ ਦੋਨੇ ਪਾਸੇ ਛੱਤਾਂ ਪੈ ਗਈਆਂ ਹਜੇ ਆ ਸੈਂਟਰ ਦੇ ਚਾਹ ਲਾਉਣ ਵਾਲੇ ਆ ਸ਼ੀਸ਼ੇ ਜੀ ਇਹਨਾਂ ਦੇ ਵਿੱਚ ਹੋਰ ਲੱਗਣਗੇ ਤੇ ਪੂਰਾ ਘੈਂਟ ਲੱਗੂ ਆਪਣਾ ਵੈਸੇ ਨਾ ਦੋ ਰੂਮ ਬਣਨੇ ਜਿਵੇਂ ਇੱਕ ਇੱਧਰ ਬਣਿਆ ਵਾ ਹਨਾ ਇਹਦੇ ਨਾਲ ਦੀ ਇੱਕ ਇੱਧਰ ਬੰਨਣਾ ਸੀਗਾ ਤੋ ਇਧਰ ਰੂਮ ਕਿਉਂ ਨਹੀਂ ਬਣ ਰਿਹਾ ਇਧਰ ਆਪਣੀ ਲੱਗੀ ਐ ਸਾਇਲੋ ਤਾਂ ਕਰਕੇ ਥੋੜਾ ਜਿਹਾ ਡਿਜ਼ਾਈਨ ਆਪਣਾ ਚੇਂਜ ਹੋਇਆ ਵਾ ਤੇ ਇੱਥੇ ਰੂਮ ਬੰਨਣਾ ਸੀਗਾ ਇੱਥੇ ਰੂਮ ਹੁਣ ਬੰਨਣਾ ਨਹੀਂ ਤੇ ਦੇਖਦੇ ਆ ਕਿ ਸਿਸਟਮ ਲਾਉਨੇ ਆ ਆਪਾਂ ਕੁਝ ਨਾ ਕੁਝ ਜਗਾੜ ਕਰਾਂਗੇ ਇਹਦਾ ਵੀ ਤੇ ਨਹੀਂ ਫਿਰ ਮੇਰਾ ਇਰਾਦਾ ਵਾ ਕਿ ਇੱਕ ਛੋਟਾ ਰੂਮ ਬਣਾ ਦਈਏ ਇਧਰ ਤੇ ਇਧਰ ਵੀ ਇੱਕ ਛੋਟਾ ਰੂਮ ਬਣ ਜੂਗਾ ਉਹ ਵੀ ਚੀਜ਼ ਘੈਂਟ ਲੱਗੂਗੀ ਪਰ ਉਹਦੇ ਫਿਰ ਛੱਤ ਦਾ ਨਾ ਪੰਗਾ ਪਵੇ ਯਾਰ ਡਿਜ਼ਾਈਨ ਜਾਂ ਹੁਣ ਸੋਹਣਾ ਲੱਗਦਾ ਪਿਆ ਬਾਅਦ ਚ ਸੋਹਣਾ ਨਹੀਂ ਲੱਗਣਾ ਲਓ ਵੀ ਮਿੱਤਰੋ ਹੁਣ ਲਾਈਏ ਆਪਾਂ ਟ੍ਰੈਂਗਲ ਜੇ ਆ ਉਏ ਆ ਜਾ ਤਾਂ ਕਿਸੇ ਹਿਸਾਬ ਨਾਲ ਕਿਵੇਂ ਲੱਗੂ ਇੱਥੇ ਬਾਹਰ ਨੂੰ ਕਰਕੇ ਆ ਵੀ ਬਾਹਰ ਨੂੰ ਇਹ ਤੀਰਜਾ ਬਾਹਰ ਨੂੰ ਮੇਰੇ ਹਿਸਾਬ ਨਾਲ ਬਾਹਰ ਨੂੰ ਦਾ ਮਤਲਬ ਤਾਂ ਮੈਨੂੰ ਪਤਾ ਨਹੀਂ ਪਰ ਬਾਹਰ ਨੂੰ ਹੀ થઈ ਹੁੰਦਾ ਕਹਿੰਦੇ ਬਾਹਰੋਂ ਫਿਰ ਚਾਨਣ ਜਾਊਗਾ ਵਧੀਆ ਨਾਲੇ ਮਿੱਤਰੋ ਇਹ ਰੌਸ਼ਨ ਰਹੂਗਾ ਆਪਣਾ ਗ੍ਰੀਨ ਹਾਊਸ ਪੂਰਾ ਗ੍ਰੀਨ ਹਾਊਸ ਕਹੀਏ ਨਾ ਆਪਣਾ ਆਹ ਡੈਰੀ ਫਾਰਮ ਪੂਰਾ ਆਪਣਾ ਰੌਸ਼ਨਦਾ ਰਹੂਗਾ ਹੁਣ ਆਪਾਂ ਲਾਉਣਾ ਰਾਈਟ ਵਾਲਾ ਇਹ ਆ ਇੱਕ ਛੋਟਾ ਮੇਰੇ ਸਾਬ ਨਾਲ ਆ ਛੋਟਾ ਵਾ ਮੈਨੂੰ ਆਏ ਲੱਗਿਆ ਸੀ ਕਿ ਆ ਲੱਗ ਜੂਗਾ ਪਰ ਇਹ ਨਹੀਂ ਲੱਗਿਆ ਆਪਾਂ ਨੂੰ ਫੇਰ ਆਹੀ ਲਾਉਣਾ ਪੈਣਾ ਵਾ ਇਹ ਹੁਣ ਲੈਫਟ ਵਾਲਾ ਰਾਇਆ ਸੀ ਹੁਣ ਰਾਈਟ ਵਾਲਾ ਲਾਉਨੇ ਆ ਤੇ 16 ਸ਼ੀਸ਼ੇ ਇਧਰ ਪੈਣੇ ਆ ਬਾਈ 34 6 ਹੋ ਗਏ ਆਪਣੇ 40 50 50 ਸ਼ੀਸ਼ੇ ਆਪਾਂ ਨੂੰ ਲੈ ਕੇ ਆਉਣੇ ਪੈਣੇ ਆ ਤੇ ਉਸ ਤੋਂ ਬਾਅਦ ਲੱਕੜਾ ਲੁੱਕੜਾ ਜਿਹੜੀਆਂ ਪੈਣਗੀਆਂ ਉਹ ਵੱਖਰੀਆਂ ਤੇ ਜਲਦੀ ਚੱਲਦੇ ਆਪਣੀ ਭੂੰਡੀ ਤੇ ਤੇ ਲੈ ਕੇ ਆਉਂਦੇ ਆਪਾਂ ਛੀਸ਼ੇ ਬਈ ਪਤਾ ਨਹੀਂ ਬਈ ਕਿੰਨੇ ਕੁ ਮਹਿੰਗੇ ਹੋਣਗੇ ਮੈਂ ਤਾਂ ਇਹ ਵੀ ਨਹੀਂ ਪਤਾ ਬਾਈ ਰੇਟ ਕਿੰਨਾ ਕੁ ਹੋਊਗਾ ਪਰ ਮੈਂ ਟੋਮੇਂਟੀ ਚੱਲਦੇ ਆਪਾਂ ਤੇ ਨਾਲੇ ਆਪਾਂ ਰੇਟ ਵੇਖ ਕੇ ਆਉਨੇ ਆ ਐਸਯੂਵੀ ਦਾ ਕਿੰਨੇ ਕੁ ਦੀ ਆ ਰ ਐਸਯੂਵੀ ਆਪਾਂ ਲਵਾਂਗੇ ਕਿਥੇ ਦੇਣੇ ਯਾਰ ਪੈਸੇ ਕਰਦੇ ਆ ਉਹਦੇ ਹੱਥੇ ਇਕੱਠੇ ਐਸਯੂਵੀ ਦਾ ਵੀ ਰੇਟ ਦੇਖ ਲੈਂਦੇ ਆ ਤੇ ਪਿਕਅਪ ਦਾ ਵੀ ਬਈ ਮੈਨੇ ਪਿਕਅਪ ਕਹਿਣਾ ਸੀਗਾ ਮੈਂ ਐਸਯੂਵੀ ਕਹੀ ਜਾਂਦਾ ਤੁਸੀਂ ਫੇਰ ਗੱਲ ਪੈ ਜਾਣਾ ਬਈ ਪਿਕਅਪ ਲੈਣਾ ਸੀ ਸੋ ਆਹ ਪਿਕਅਪ ਆ ਜੀਦੇ ਵਿੱਚ ਆਪਾਂ ਖਾਂ ਵੀ ਲਿਆ ਸਕਦੇ ਇੱਕ ਭੱਲੇ ਉਹ ਤੇਰੇ ਦੋ ਬੱਕਰੀਆਂ ਲੈ ਜਾ ਸਕਦੇ ਆ ਆਪਾਂ ਜਾਂ ਫੇਰ ਆਪਾਂ ਦੋ ਪਿਗ ਲੈ ਜਾ ਸਕਦੇ ਆ ਜਾਂ ਫੇਰ ਇੱਕ ਪਿਗ ਇੱਕ ਗਾਂ ਲੈ ਕੇ ਜਾ ਸਕਦੇ ਆ ਆਹ ਕੰਮ ਸਹੀ ਆ ਬਈ ਓਏ ਇਹ ਆ 1600 ਦੀ ਆਹ ਏਟੀਵੀ ਇਹਦੇ ਕੋਈ ਨਹੀਂ ਲੈ ਜਾ ਸਕਦੇ ਤੇ ਅੱਛਾ ਉਹ ਐਸਯੂਵੀ ਸੀ ਇਹ ਵੀ ਪਿਕਅਪ ਸੀ ਆ ਵੀ ਪਿਕਅਪ ਆ ਇਹ ਆਲਾ ਬੜਾ ਘੈਂਟ ਆ ਇਹ ਛੋਟਾ ਹਨਾ ਪਰ ਇਹ ਛੋਟਾ ਵਾ ਤੇ ਆ ਸਮੋਲ ਟਰੱਕ ਆ ਇਹਦਾ ਤਾਂ ਤੁਸੀਂ ਨਾ ਹੀ ਨਾਲੋ ਸਟੈਨ ਆ ਐਸਯੂਵੀ ਇਹਨਾਂ ਦੇ ਉੱਤੇ ਸਮਾਨ ਰੱਖ ਸਕਦੇ ਆ ਐਸਯੂਵੀ ਦੇ ਵਿੱਚ ਆਪਾਂ ਨਹੀਂ ਭਰ ਸਕਦੇ ਹਨਾ ਸੋ ਪਿਕਅਪ ਟਰੱਕ ਲਾਵਾਂਗੇ ਆਪਾਂ ਵੱਡੇ ਵਾਲਾ ਜਿਹੜਾ 1600 ਦਾ 1600 ਇਕੱਠਾ ਕਰਦੇ ਆ ਮਿੱਤਰੋ ਤੇਲ ਤੂਲ ਵੇਚਦੇ ਆ ਫੇਰੀ ਗੱਲ ਬਾਨੀ ਆ ਓ ਤੂੰ ਨਾ ਇੱਥੇ ਆ ਮੈਂ ਤੈਨੂੰ ਮਾਰ ਦੇਣਾ ਤੇ ਬਾਕੀ ਮਿੱਤਰੋ ਲੋਨ ਮੋੜਤਾ ਸੀ 2500 ਦਾ ਜਿਹੜਾ ਲੋਨ ਸੀ ਜਦੋਂ ਮੈਂ ਲੱਕੜਾ ਚੀਰਦਾ ਪਿਆ ਸੀ ਜਿੰਨਾ ਵੀ ਤੇਲ ਉਹਨੇ ਕੱਢਿਆ ਮਸ਼ੀਨ ਨੇ ਉਹ ਸਾਰਾ ਆਪਾਂ ਤੇਲ ਵੇਚ ਕੇ ਤੇ ਆਪਾਂ ਲੋਨ ਜਿਹੜਾ ਵਾਪਸ ਕਰਤਾ। ਲਓ ਵੀ ਮਿੱਤਰੋ ਪਹੁੰਚਿਆ ਹਾਰਡਵੇਅਰ ਸਟੋਰ। ਇੱਕ ਬਾਈ ਦੱਸਦੇ ਸੀ ਕਿ ਪੇਂਟ ਇਧਰੋਂ ਮਿਲਦਾ ਇੱਥੋਂ ਕਿਤੋਂ। ਪੇਂਟ ਵੀ ਦੇਖੀ ਆਪਾਂ ਕਈ ਵਾਰੀ ਪੇਂਟ ਪੁੰਡ ਕਰਨਾ ਹੁੰਦਾ। ਪੇਂਟ ਲਈ ਮਸ਼ੀਨ ਕਿਹੜੀ ਆ ਰਹੀ ਓਏ। ਆਹ ਦੇਖੋ ਮਿੱਤਰੋ। ਇੱਥੋਂ ਆਪਾਂ ਪੂਰਾ ਆਪਦੇ ਹਿਸਾਬ ਨਾਲ ਸੈੱਟ ਕਰਕੇ ਲੈ ਜਾ ਸਕਦੇ ਆ। ਕਲਰ ਟੈਂਪਲੇਟ ਵੀ ਸੇਵ ਕਰ ਸਕਦੇ ਆ ਲੋਡ ਕਲਰ ਸੇਵ ਕਲਰ ਭਾਈ ਆ ਵੀ ਸਹੀ ਆ ਕੰਮ ਕੋਈ ਨਾ ਮਿੱਤਰੋ ਇਹ ਵੀ ਕਹੇ ਤਾਂ ਜੇ ਆਪਾਂ ਨੂੰ ਲੋਡ ਪਈਦਾ ਲੈ ਕੇ ਜਰੂਰ ਜਾਵਾਂਗੇ ਹੋਰ ਵੀ ਕੋਈ ਕੰਮ ਦੀ ਚੀਜ਼ ਹੁੰਦੀ ਹੈ ਮੈਨੂੰ ਜਰੂਰ ਦੱਸਿਆ ਕਰੋ 20 ਗਲਾਸ 100 ਦੇ ਆਪਾਂ ਨੂੰ ਚਾਹੀਦੇ ਆ 50 ਮਤਲਬ 60 ਹੀ ਲੈਣੇ ਪੈਣੇ ਆ 300 ਦਾ ਗਲਾਸ ਲੈ ਕੇ ਜਾਣਾ ਪੈਣਾ ਮਿੱਤਰੋ ਅੱਜ ਆਪਾਂ ਨੂੰ ਪੈਸੇ ਲੱਗਣੇ ਆ ਭਈ ਇਹ ਤਾਂ ਯਾਰ ਮਿੱਤਰੋ ਬੋਝ ਕੇ ਜਾਂ ਚੱਕ ਲਈਏ ਇਹ ਟੁੱਟ ਵੀ ਸਕਦਾ ਛੀਸ਼ਾ ਹੈ ਯਾਰ ਹੋਰ ਕਿਦੇ ਮਿੱਤਰੋ ਸਾਰੇ ਛੀਸ਼ੇ ਜੇ ਘਰੇ ਜਾ ਕੇ ਦੇਖੀਏ ਤੇ ਟੁੱਟੇ ਨੇ ਕਿ ਨਾਲ ਨਾ ਸਕ੍ਰੈਚ ਜੇ ਭਾਈ ਉਹਨੂੰ ਸਕ ਸਕ੍ਰੈਚ ਤੱਕ ਆ ਦੇ ਤੇ ਲਓ ਵੀ ਮਿੱਤਰੋ ਰੱਖ ਲਿਆ ਆਪਣੀ ਭੁੰਡੀ ਜੀ ਦੇ ਵਿੱਚ ਤੇ ਜਲਦੀ ਜਲਦੀ ਚੱਲਦੇ ਆ ਘਰੇ ਤੇ ਮੈਨੂੰ ਤਾਂ ਨਾ ਲੱਕੜਾਂ ਦੀ ਟੈਨਸ਼ਨ ਹੋਈ ਪਈ ਆ ਮਿੱਤਰੋ ਕਾਸ਼ ਮੇਰੇ ਕੋਲੇ ਪੈਸੇ ਹੁੰਦੇ ਤੇ ਮੈਂ ਲੱਕੜਾਂ ਖਰੀਦ ਲੈਂਦਾ ਯਾਰ ਵੇਖ ਕੇ ਚੱਲ ਗਿਆ ਲੱਕੜਾਂ ਦਾ ਕੀ ਰੇਟ ਆ ਯਾਰ ਇੱਥੇ ਹੀ ਖੜੀ ਰਹਿੰਦੇ ਛੜਕ ਬਚਾਲੀ ਲੱਕੜਾਂ ਦਾ ਰੇਟ ਤਾਂ ਚੈੱਕ ਕਰਕੇ ਆਪਾਂ ਨੂੰ ਕਿੰਨੇ ਕੁ ਦੀਆਂ ਪੈਂਦੀਆਂ ਵਾਂ ਜੇ 3-400 ਦੀ ਲੱਕੜ ਪੈਂਦੀ ਹੋਈ ਫਿਰ ਤਾਂ ਆਪਾਂ ਲੈ ਲਾਂਗੇ ਕੋਈ ਚੱਕਰ ਨਹੀਂ ਮਿੱਤਰੋ ਆ ਤਾਂ ਬਾੜੇ ਮਹਿੰਗੇ ਪੈਂਦੇ ਪਏ ਆ ਬਾਈ 480 ਡਾਲਰ ਦੇ ਸਿਰਫ ਹੀ ਆਪਾਂ ਨੂੰ ਮਿਲਨੇ ਆ 120 ਫੱਟੇ ਬਾਈ ਇਹਦੇ ਨਾਲ ਇੰਨੇ ਪੈਸੇ ਲਾ ਕੇ ਵੀ ਮਿੱਤਰੋ ਕੋਈ ਨਹੀਂ ਮਿਲ ਰਿਆ ਫਿਰ ਤਾਂ ਕੋਈ ਫਾਇਦਾ ਨਹੀਂ ਬਈ ਕੋਈ ਫਾਇਦਾ ਨਹੀਂ 0 0 0% ਬੈਨੀਫਿਟਾ ਲੱਕੜਾ ਖਰੀਦ ਕੇ ਹਜੇ ਤਾਂ ਆਪਾਂ ਨੂੰ ਜਦੋਂ ਪੈਸੇ ਵਾਧੂ ਹੋਏ ਉਦੋਂ ਦੇਖਾਂਗੇ ਤੇ ਇੱਕ ਮਿੱਤਰੋ ਮੀਂਹ ਨੇ ਲਉ ਹੀ ਪੀ ਲਿਆ ਮਿੱਤਰੋ ਮੀਂਹ ਨਹੀਂ ਹਟਦਾ ਨਾ ਐਫਐਸ 'ਚ ਹਟੇ ਨਾ ਇੱਥੇ ਹਟੇ ਲਉ ਵੀ ਮਿੱਤਰੋ ਸ਼ੀਸ਼ਾ ਜਾਂ ਭਰੀਏ ਤੇ ਦੇਖੀਏ ਮਿੱਤਰੋ ਘੜਕੁੜ ਤਾਂ ਨਹੀਂ ਗਏ ਕੈਲਕੂਲੇਸ਼ਨ ਕਈ ਵਾਰੀ ਆਪਣੀ ਗਲਤ ਹੋ ਜਾਂਦੀ ਹੁੰਦੀ ਹੈ ਤਾਂ ਕਰਕੇ ਤੇ ਉਸੇ ਗੱਲ ਦਾ ਡਰ ਨਾ ਹੋ ਜਾਏ ਮਿੱਤਰੋ ਜਿੱਤੋਂ ਮੈਂ ਡਰਦਾ ਸੀ ਲੋ ਵੀ ਮੈਂ ਤਰੋ ਸ਼ੀਸ਼ੇ ਇੰਨੇ ਚ ਪਾਤੇ ਤੇ ਮੈਟੋਮੈਟਿਕ ਸ਼ੀਸ਼ੇ ਦਾ ਕੰਮ ਨਵੇੜ ਕੇ ਯਾਰ ਸਹੀ ਲਿਆਇਆ ਨਾ 60 ਲਿਆਇਆ ਮੈਂ ਹਨਾ ਚਾਹੀਦੇ ਕਿੰਨੇ ਸੀ ਮੈਨੂੰ ਸੌ ਲੱਗੇ ਹੁਣ ਮੈਨੂੰ ਹੁਰੂਂਜੇ ਹੋਈ ਜਾਂਦਾ ਮਿੱਤਰੋ ਇਹਦੇ ਘੱਟ ਤਾਂ ਨਹੀਂ ਲਿਆਇਆ ਨਹੀਂ ਘੱਟਦਾ ਕਿੱਥੇ ਆ ਮਿੱਤਰੋ ਹੈ ਤਾਂ ਸ਼ੀਸ਼ੇ ਦਾ ਵਾਧੂ ਆਪਣੇ ਕੋਲੇ ਲੱਕੜਾਂ ਦਾ ਮਿੱਤਰੋ ਆਪਣੇ ਕੋਲੇ ਨਾ ਸੱਚੀ ਬਹੁਤ ਘੱਟ ਆ ਬਾਈ ਲੱਕੜਾਂ ਵੱਲੋਂ ਤਾਂ ਔਖਾ ਹੋ ਜਾਣਾ ਬਾਕੀ ਸ਼ਹਿਰੀ ਪਤਾ ਨਹੀਂ ਕਿੱਥੇ ਫਿਰਦਾ ਮਿੱਤਰੋ ਉਹ ਫਿਰਦਾ ਕਿੰਨੀ ਦੂਰ ਬਾਈ ਉਹਨੂੰ ਵੀ ਲਾਈਏ ਕੰਮ ਉਹਨੂੰ ਕਹਿੰਦੇ ਲੱਕੜਾਂ ਰੁਕਣਾ ਲਿਆ ਆ ਮੜਾ ਫੜਾ ਕੰਮ ਸਮਾਨ ਦੇ ਜਿਹੇ ਕਰ ਚੱਲ ਛੱਡੋ ਯਾਰ ਕਿਹੜਾ ਵਿਚਾਰੇ ਤੋਂ ਮਜ਼ਦੂਰੀ ਕਰਾਵਾਂਗੇ ਯਾਰ ਭਈ ਇੰਨਾ ਚ ਪੈਂਦੇ ਹੀ ਨਹੀਂ ਪਿਆ ਸਮਾਨ ਬਾਈ ਬਾਈ ਗੱਲ ਕੀ ਆ ਕਿਤੇ ਮਿੱਤਰ ਤੋੜਨਾ ਨਾ ਪੈ ਜੇ ਜੇ ਤੋੜਨਾ ਪੈਗਾ ਨਾ ਮੇਰਾ ਦਿਮਾਗ ਖਰਾਬ ਹੋ ਜਾਊਗਾ ਮਿੱਤਰੋ ਕਿਉਂਕਿ ਮੈਨੂੰ ਬਣਾਉਣ ਤੇ ਬਹੁਤ ਟਾਈਮ ਲੱਗ ਗਿਆ ਸਮਾਨ ਵੀ ਸਾਰਾ ਮੁੱਕ ਚੱਲਿਆ ਆਪਣੇ ਕੋਲੇ ਪੈਸਾ ਵੀ ਸਮਾਨ ਵੀ ਓਏ 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 ਗੱਲ ਸੁਣ ਓਏ ਭਾਈ ਭੱਜ ਗਿਆ ਬਾਈ ਮੈਂ ਕਹਿੰਦਾ ਕੰਮ ਚੋਰੀ ਆ ਬਾਈ ਪੂਰਾ ਵਹਿ ਵਹਿ ਕੇ ਨਿਕਲ ਗਿਆ ਮੈਨੂੰ ਵੇਖਦੇ ਸਾਰੀ ਨਿਕਲ ਗਿਆ ਖਾ ਪੀ ਕੇ ਬਾਈ ਟਾਈਮ ਨਾਲ ਹੀ ਮੈਂ ਕਹਿਣਾ ਪਹਿਲਾਂ ਆਪ ਪੱਕਾ ਕਰ ਲਗੇ ਆਪਾਂ ਸਾਰਾ ਜਿਹੜਾ ਜਿਹੜੇ ਜ ਆਪਣੇ ਸਮਾਨ ਪੈ ਗਿਆ ਇਹ ਚੀਜ਼ਾਂ ਪੱਕੀਆਂ ਕਰਦਗੇ ਉਦੋਂ ਬਾਅਦ ਦੇਖਦੇ ਆ ਕੀ ਬਣਦਾ ਬਾਈ ਦੇਖੋ ਮਿੱਤਰੋ ਲੱਗਦਾ ਨਾ ਪੂਰਾ ਘੈਂਟ ਪਿਆਣਾ ਯਾਰ ਆਏ ਹਾਏ ਚੋਟੀ ਦਾ ਲੱਗਦਾ ਪਿਆ ਬਈ ਆਏ ਦਾ ਚੀਜ਼ ਤਾਂ ਨਹੀਂ ਥੋੜਾ ਬਾਈ ਮਾੜੀ ਬਣਾਉਂਦਾ ਇੱਧਰ ਵੀ ਆ ਵੀ ਘੈਂਟ ਬਣਿਆ ਵਾ ਆਪਣਾ ਤੇ ਉਹ ਵੀ ਆਪਣਾ ਸਰਾ ਹੀ ਹੋਣਾ ਪਾਣੀ ਵੀ ਪਿਆ ਖਾਣਾ ਵੀ ਪਿਆ ਫਿਰ ਵੀ ਮਿੱਤਰੋ ਇਹਦੇ ਨਾਲ ਟੱਡ ਦਾ ਭੁੱਖਾ ਹੀ ਰਹਿੰਦਾ ਵਾ ਜਦੋਂ ਵੇਖੋ ਟੱਡ ਜਾਂ ਅੰਦਰ ਨੂੰ ਵੜਿਆ ਹੁੰਦਾ ਭੁੱਖਾ ਹੀ ਹੁੰਦਾ ਇਹ ਤਾਂ ਪਤਾ ਹੀ ਨਹੀਂ ਮਿੱਤਰੋ ਕਿਹੜੇ ਵੇਲੇ ਖਾ ਖੂ ਜਾਂਦਾ ਬਸ ਲੱਕੜਾਂ ਜੇ ਮਿੱਤਰੋ ਥੱਲੇ ਪਈਆਂ ਹੁੰਦੀਆਂ ਇੱਥੇ ਰੈਕਟ ਦੇ ਵਿੱਚ ਨਾ ਪਈਆਂ ਹੁੰਦੀਆਂ ਫੇਰ ਤਾਂ ਮਿੱਤਰੋ ਛੇਦੀ ਤੋਂ ਕੰਮ ਕਰਾਉਣਾ ਸੀ ਆਪਾਂ ਇਹਨੂੰ ਕਹਿਣਾ ਸੀ ਕਿ ਲਿਆ ਚੱਕ ਚੱਕ ਕੇ ਹੁਣ ਇਹਦੇ 'ਚ ਪਈਆਂ ਇਹਦੇ 'ਚ ਕੱਢ ਨਹੀਂ ਸਕਦਾ ਤਾਂ ਕਰਕੇ ਫਿਰ ਮੈਂ ਕਿਹਾ ਚੱਲ ਛੱਡ ਯਾਰ ਜਵਾਕ ਹੈ ਯਾਰ ਖੇਡਣ ਦੇ ਮੌਜਾ ਲੈਣ ਦੇ ਤੇ ਆਦੋ ਪੱਕੇ ਕਰਕੇ ਉਸ ਤੋਂ ਬਾਅਦ ਇਧਰਲੇ ਵੀ ਪੱਕੇ ਕਰੀਏ ਇਹ ਮੇਰੇ ਸਾਹ ਨਾਲ ਲੱਕੜਾਂ ਦਾ ਪੂਰੀਆਂ ਆ ਜਾਣਗੇ ਅੱਜ ਜੜਾ ਆਹ ਕੰਮ ਤਾਂ ਬੰਜੂ ਪਰ ਜਿਹੜੇ ਫੂਡ ਫਾੜ ਬੋਇਲ ਬਾਨਨੇ ਹਨਾ ਬਾਲ ਜੇ ਉਹਨਾਂ ਦਾ ਔਖਾ ਹੋ ਜਾਊਗਾ ਬਾਈ ਆਪਣੇ ਕੋਲੇ ਹਜੇ 100 ਲੱਕੜ ਪਈ ਆ ਪੂਰੀ 196 ਉਹਦੇ ਚਾ ਤੇ 8 ਮੇਰੇ ਹੱਥ ਦੇ ਵਿੱਚ ਆ ਚਲੋ 100 ਤੋਂ ਉੱਤੇ ਹੀ ਆ ਚਾਰ ਆ ਫਰੇਮ ਨਹੀਂ ਪੱਕੇ ਸੀ ਮਿੱਤਰੋ ਤਾਂ ਕਰਕੇ ਉਹ ਪੱਕੇ ਨਹੀਂ ਹੁੰਦੇ ਪਏ ਸੀ ਮੈਂ ਵੀ ਕੀ ਕਰਨਾ ਹੀ ਪੈਣਾ ਕੋਸਤਾ ਯਾਰ ਕਰਨਾ ਹੀ ਪੈਣਾ ਹੈਪੀ ਆ ਸ਼ੀਸ਼ਾ ਪਾਉਣ ਵਾਲਾ ਮਿੱਤਰੋ ਇਹਨਾਂ ਦੇ ਵਿੱਚ ਆ ਆਹ ਪਾਦੀ ਲੱਕੜ ਤੇ ਆਹ ਤਾਲਿਆਂ 'ਚ ਸ਼ੀਸ਼ਾ ਪਾ ਕੇ ਆਹ ਕਰਕੇ ਆਪਾਂ ਓਕੇ ਬਈ ਆ ਜਮਾ ਹੋ ਗਿਆ ਕੰਮ ਜਮਾ ਸਿਰੇ ਵਾਲਾ ਓਕੇ ਹੁਣ ਇਧਰ ਲਈ ਥੱਲਣ ਲੀਆਂ ਕੰਧਾਂ ਪੱਕੀਆਂ ਹੋਣਗੀਆਂ ਫੇਰ ਤਾਂ ਸਮਾਨ ਪਊਗਾ ਇਹਦੇ 'ਤੇ ਜਰੂਰ ਪੈ ਗਿਆ ਵਾ ਕਿਉਂ ਕਿਉਂਕਿ ਆ ਇਹਦੀ ਸਪੋਰਟ ਆ ਫਰੇਮ ਤੇ ਸੀਗੀ ਲਓ ਵੀ ਮਿੱਤਰੋ ਕਹਿੰਦੇ ਮੈਂਟੋ ਮੀਟੀ ਕੰਮ ਚੱਕ ਦਈਦਾ। ਸ਼ੀਸ਼ਾ ਇੰਨਾ ਚ ਨਹੀਂ ਪੈਂਦਾ ਪਿਆਗਾ, ਇੰਨਾ ਚ ਪੈ ਗਿਆ। ਇਹਦੇ ਚ ਵੀ ਪੈ ਗਿਆ, ਇਹਦੇ ਚ ਵੀ ਪੈ ਗਿਆ, ਇਹਦੇ ਚ ਵੀ ਪੈ ਗਿਆ। ਬਾਕੀ ਇੱਥੇ ਰੱਖ ਦਗੇ ਤੇ ਬਾਈ ਕੀ ਆਵਾਜ਼ ਹੈ ਬਾਈ ਕੈਂਟ ਲੱਗਦਾ ਪਿਆ। ਗਲਾਸ ਇਹਦਾ ਕੈਂਟ ਆ ਯਾਰ ਬਾਹਰ ਦੀਂਦਾ ਵੀ ਐ ਤੇ ਆਵਾਜ਼ ਜੀ ਵੀ ਰੁਕ ਜਾਂਦੀ ਐ ਮੀਂਹ ਦੀ। ਲਓ ਵੀ ਮਿੱਤਰੋ ਹਨੇਰਾ ਜਾ ਹੋ ਗਿਆ ਤੇ ਚਲੋ ਫੋਨ ਤੋਂ ਪਹਿਲਾਂ ਪਹਿਲਾਂ ਆਪਾਂ ਕੰਮ ਨਵੇੜ ਦਗੇ। ਬਾਕੀ ਇਹਦੇ ਵਿੱਚ ਆਪਾਂ ਲੇਟਾਂ ਲੂਟਾਂ ਲਾਵਾਂਗੇ ਮਿੱਤਰੋ। ਆਏ ਨਹੀਂ ਮੈਨੂੰ ਪਤਾ ਹਜੇ ਲੱਗਦੀਆਂ ਕਿਵੇਂ ਆ। ਬਸ ਆਪਾਂ ਲਾਵਾਂਗੇ ਲਾਈਟਾਂ ਲੂਟਾਂ ਤੇ ਇਹ ਜਗਮਗ ਜਗਮਗ ਕਰਿਆ ਕਰੂਗਾ ਹਜੇ ਨਹੀਂ ਲਾਉਂਦੇ ਲਾਈਟਾਂ ਪੱਕੀਆਂ ਕਰਨ ਤੇ ਤਾਂ ਆਪਾਂ ਲਾ ਦਾਂਗੇ ਟਾਈਮ ਲਾਈਟਾਂ ਲੂਟਾਂ ਨੂੰ ਪਰ ਅੱਜ ਜਿਹੜਾ ਲੱਕੜ ਵਾਲਾ ਕੰਮ ਇਹ ਸਾਰਾ ਆਪਾਂ ਨਿਬੜ ਗਏ ਉਦੋਂ ਬਾਅਦ ਆਪਾਂ ਪੈਸੇ ਪੁਹੇ ਲੈ ਕੇ ਆਈਏ ਤੇਲ ਤੂਲ ਵਾਲੇ ਲੋ ਵੀ ਮਿੱਤਰੋ ਆਹ ਦੋ ਰਹਿ ਗਈਆਂ ਛੱਤ ਜੀਆਂ 6 ਤੇ 6 12 12 ਪਲੈਂਕ ਲੱਗਣੇ ਆ ਇਹਦੇ 'ਚ ਆਹ ਤਾਂ ਆਪਾਂ ਤੋੜ ਹੀ ਦਈਏ ਯਾਰ ਇਹ ਆਪਾਂ ਹਜੇ ਜਦੋਂ ਬਣਾਉਣਾ ਹੀ ਨਹੀਂ ਐਵੇਂ ਭੜਾਇਆ ਲੱਗਦਾ ਯਾਰ ਬਾਕੀ ਤੁਸੀਂ ਮੈਨੂੰ ਦੱਸਿਓ ਕਿ ਇੱਧਰ ਇੱਕ ਛੋਟਾ ਰੂਮ ਬਣ ਜੂਗਾ ਇੱਕ ਇੱਧਰ ਛ ਤੇ ਆਏ ਆ ਕਿ ਇਹ ਥੋੜਾ ਜਿਹਾ ਸੋਹਣਾ ਲੱਗੂਗਾ ਮਤਲਬ ਸਮਿਟਰੀ ਜੀ ਲੱਗ ਲੱਗ ਜੂਗੀ ਤੇ ਬਾਕੀ ਛੱਤ ਦਾ ਨਹੀਂ ਮੈਨੂੰ ਪਤਾ ਉੱਤੇ ਛੱਤ ਕਿੱਦਾਂ ਦੀ ਪਊਗੀ ਇੱਥੇ ਤਾਂ ਛੱਤ ਘੈਂਟ ਪੈਗੀ ਉਹਦੇ ਦੇ ਕੇਸ ਹਾਂ ਨਾ ਛੱਤ ਪਾਉਣੀ ਆ ਛੋਟੇ ਰੂਮ ਤੇ ਉਹ ਥੋੜਾ ਜਿਹਾ ਔਖਾ ਹੋ ਜੂ ਫਿਰ ਕਿਉਂਕਿ 2/2 ਵਾਲੇ ਤੇ ਪਾਉਣੀ ਤਾਂ ਛੱਤ ਸੌਖੀ ਆ 1/1 ਤੇ ਯਾਰ 1/2 ਦੇ ਛੱਤ ਕਿੱਦਾਂ ਦੀ ਪਊ ਉਹਦਾ ਕੋਈ ਆਈਡੀਆ ਨਹੀਂ ਆਪਾਂ ਨੂੰ ਆਹ ਵਾਲੀ ਛੱਤ ਪੈ ਜੂ ਬੱਲੇ ਸਹੀ ਆ ਬਈ ਸਹੀ ਆ ਪੂਰਾ ਘੈਂਟ ਲੱਗੂ ਬਈ ਪੂਰਾ ਘੈਂਟ ਲੱਗੂ ਆ ਗਿਆ ਆਈਡੀਆ ਬਈ ਬੜੀ ਬੜੀ ਛ ਫਿਰ ਤਾਂ ਆਪ ਨੂੰ ਨਾਲ ਦੀ ਨਾਲ ਆਈਡੀਆ ਆ ਜਾਂਦਾ ਫਿਰ ਉਹੀ ਹੋ ਗਿਆ ਨਾ ਕੰਮ ਮਿੱਤਰੋ ਕੈਲਕੂਲੇਸ਼ਨ ਆ ਅੱਜ ਕੰਧਾਂ ਗਿਣੀ ਗਈ ਨਹੀਂ ਉਹ ਤੋਂ ਸ਼ੀਸ਼ਾ ਲਿਆਉਣ ਵੇਲੇ ਕਿ ਕੰਧਾਂ 'ਚ ਵੀ ਲੱਗਣਾ ਵਾ ਹੁਣ ਦੋ ਸ਼ੀਸ਼ੇ ਪਿੱਛੇ ਫੇਰ ਜਾਣਾ ਪੈਣਾ ਬਾਈ ਦੋ ਸ਼ੀਸ਼ੇ ਪਿੱਛੇ ਬਾਕੀ ਮਿੱਤਰੋ ਤੁਸੀਂ ਦੱਸੋ ਬਾਈ ਕਿਵੇਂ ਲੱਗਦਾ ਪਿਆ ਬਾਈ ਮੈਨੂੰ ਤਾਂ ਬਾਈ ਪੂਰੇ ਇੱਕ ਘੰਟ ਲੱਗਦਾ ਪਿਆ ਇੱਥੇ ਨਾ ਆਪਾਂ ਮਸ਼ੀਨਾ ਮਸ਼ੂਨਾ ਲਾਵਾਂਗੇ ਧਾਰ ਚੋਣ ਵਾਲੀ ਮੈਂ ਕਹਿੰਦਾ ਗੱਲਬਾਤ ਜਿਵੇਂ ਐਂਟੀ ਹੋ ਜਾਣੀ ਐ ਲਓ ਵੀ ਮਿੱਤਰੋ ਹੋ ਗਈ ਅਗਲੀ ਸਵੇਰ ਉੱਠੀਏ ਜਿਹੜਾ ਸ਼ੀਸ਼ਾ ਰਹਿੰਦਾ ਪਹਿਲਾਂ ਤਾਂ ਉਹੀ ਲੈ ਕੇ ਆਈ ਆ ਸ਼ੀਸ਼ੇ ਨੇ ਹੀ ਕੰਮ ਖਰਾਬ ਕਰਦਾ ਮਿੱਤਰੋ ਦੇਖ ਲਓ ਮਿੱਤਰੋ ਐਪੀਸੋਡ ਆਪਣਾ ਨੌਵਾਂ ਤੇ ਇਨ ਗੇਮ ਆਪਾਂ ਨੂੰ ਦਿਨ ਬਾਈ 31 ਹੋ ਗਏ ਬਾਈ ਕੀ ਬਾਤ ਹੈ ਫਸਲ ਆ ਜੇ ਆਪਾਂ ਦੁਬਾਰਾ ਵੀਜੀ ਨਹੀਂ ਵੀਜਾਂਗੇ ਕਿਉਂਕਿ ਫਾਇਦੇ ਦਾ ਸੌਦਾ ਹੈ ਮਿੱਤਰੋ 21500 ਦੀ ਮਿੱਤਰੋ ਫਸਲ ਨਿਕਲਦੀ ਆ ਆਰਾਮ ਦੇ ਨਾਲ ਜੇ ਆਪਾਂ ਚੱਜ ਨਾਲ ਉਹ ਖੇਤੀਬਾੜੀ ਕਰੀਏ ਖੇਤੀਬਾੜੀ ਦੇ ਵਿੱਚ 500 ਖਰਚਾ ਕਰਕੇ ਬੀਜ ਦੇ ਉੱਤੇ 1500 ਦੀ ਫਸਲ ਆਰਾਮ ਨਾਲ ਮੈਂ ਕਿਦਾਂ ਆਪਾਂ ਨੂੰ ਪਿੱਛੇ ਛੱਡਦੀ ਆ ਆਪਾਂ ਨੂੰ ਤੇ ਕਰਿਆ ਕਰਾਂਗੇ ਕੰਮ ਇਹ ਵੀ ਆਪਾਂ ਬਸ ਲਾਉਂਦੇ ਆ ਕੋਈ ਨਾ ਟਾਈਮ ਜਾਂ ਕੱਢ ਕੇ ਕੀਰਾ ਆਪਾਂ ਜਿਹੜਾ ਬਣਾਉਨੇ ਪਈਆਂ ਇਹ ਬਣਾ ਕੇ ਕਿਉਂਕਿ ਆਪਣਾ ਬੱਛਾ ਸੀ ਜਿਹੜਾ ਬੱਛਾ ਹੁਣ ਇੱਕ ਹੋਰ ਬੱਛਾ ਪਤਨੀ ਬੱਛੀ ਦੋ ਦਾ ਆਪਣੇ ਕੋਲੇ ਬਲਦ ਦਾ ਦੋ ਗਾਵਾਂ ਵਾ ਤੋਂ ਉਧਰ ਫਿਰ ਆਪਾਂ ਜੋਟਾ ਹੀ ਰਹਿ ਜਾਂਦਾਂਗੇ ਜਾਂ ਫਿਰ ਕੱਲੇ ਬਲਦ ਰਹਿ ਜਾਂਦਾਂਗੇ ਬਾਕੀ ਸਾਰੇ ਇੱਧਰ ਜੋ ਵੀ ਗਾਂ ਹੋਇਆ ਕਰੂਗੀ ਉਹ ਇੱਧਰ ਲਿਆਇਆ ਕਰਾਂਗੇ ਤੇ ਵਧੀਆ ਆਪਣਾ ਡੈਰੀ ਫਾਰਮ ਪੂਰਾ ਵਧੀਆ ਚੱਲੂਗਾ ਲਓ ਵੀ ਮਿੱਤਰੋ ਆਪਾਂ ਲੈਣਾ ਸਿਰਫ ਇੱਕ ਗਲਾਸ ਤੇ 이어 ਟੈਗ 이어 ਟੈਗ ਦੇ ਨਾਲ ਨਾਮ ਦੇ ਸਕਦੇ ਹੋ ਕਿ ਨੇਮ ਟੈਗ ਹੁੰਦੇ ਆ ਨੇਮ ਟੈਗ ਹੁੰਦੇ ਆ ਸ਼ਾਇਦ ਮਿੱਤਰੋ ਆਹ ਦੇਖੋ ਆ ਗੈਸ ਸਟੋਵ ਸਟੂਬ ਜੇ ਆਪਾਂ ਨੂੰ ਪ ਤੇ ਇੱਕ ਮਿਲਕਿੰਗ ਮਸ਼ੀਨ ਆਪਾਂ ਦੁੱਧ ਉਹਦੇ ਨਾਲ ਹੀ ਚੋਇਆ ਕਰਾਂਗੇ ਉਹ ਆਪਾਂ ਨੂੰ ਮਿਲਣੀ ਹੈ ਜਰਨਲ ਸਟੋਰ ਤੋਂ ਉਹ ਵੀ ਆਪਾਂ ਅੱਜ ਮੈਂ ਕਹਿੰਦਾ ਨਾ ਮਾੜਾ ਮੋਟਾ ਅੱਜ ਕੰਮ ਚਲਾ ਦਾਂਗੇ ਬਾਬੇ ਦੀ ਕਿਰਪਾ ਨਾਲ ਵੀ ਉਹ ਸ਼ੀਸ਼ੇ ਲੈਣੇ ਪੈਗੇ ਮਤਲਬ ਦੇਖ ਲਓ ਆਪਾਂ ਨੂੰ ਤਿੰਨਾ ਪਿੱਛੇ 20 ਲੈਣੇ ਪੈਗੇ ਚਲੋ ਕੋਈ ਨਾ ਤੇ ਇਹ 20 ਸ਼ੀਸ਼ੇ ਲਾਈਏ ਉਸ ਤੋਂ ਬਾਅਦ ਖਾਣ ਵਾਲਾ ਬੋਲ ਬੂ ਲਾ ਕੇ ਇੱਕ ਗਾਂ ਦੀ ਤਾਂ ਐਂਟਰੀ ਮਰਾਦ ਗਏ ਨਾ ਇੱਧਰ ਕੰਮ ਸ਼ੁਰੂ ਕਰੀ ਗਏ ਸਾਰੀ ਦੌੜੀ ਇੱਥੇ ਰੈਂਚ ਦੇ ਵਿੱਚ ਆਪਣੀ ਦੇ ਵਿੱਚ ਭੱਜਿਆ ਫਿਰਦਾ ਰਹਿੰਦਾ ਲਓ ਵੀ ਮਿੱਤਰੋ ਆ ਹੋ ਗਿਆ ਕੰਪਲੀਟ ਤੇ ਹੁਣ ਆਪਾਂ ਇੱਕ ਦੇ ਵਿੱਚ ਕਿਰਾ ਫੂਡ ਵਾਲਾ ਬਣਾ ਲੀਏ ਫੂਡ ਵਾਲਾ ਕਿਵੇਂ ਬਣਾਈਏ ਇੱਕ ਦਾ ਖਾਣ ਵਾਲਾ ਬਣਾਉਣਾ ਇੱਕ ਪੀਣ ਵਾਲਾ ਖਾਣ ਵਾਲਾ ਇੱਧਰ ਲਾ ਦਈਏ ਪੀਣ ਵਾਲਾ ਇੱਧਰ ਲਾ ਦਈਏ ਜਮਾਂ ਸਿਸਟਮ ਓਕੇ ਹੋ ਜਾਊਗਾ ਬਾਈ ਇਹ ਸਾਰਾ ਸਮਝ ਲਓ ਕਿ ਆਟੋਮੈਟਿਕ ਹੀ ਆਗਾ ਕੰਮ ਇੱਥੇ ਕੰਮ ਜਮਾਂ ਇੱਕ ਨੰਬਰ ਹੋਊਗਾ ਇੱਕ ਆਪਾਂ ਇੱਧਰ ਵੀ ਦੇਖ ਲਈਏ ਆਪਣੀ ਗਾਂ ਬਣ ਗਈ ਕਿ ਕੀ ਬਣ ਗਿਆ ਵੱੱਛਾ ਹਜੇ ਛੋਟਾ ਹੀ ਆ ਉਹ ਤੂੰ ਇੱਧਰ ਆ ਓਏ ਲਓ ਮੇਟਰ ਇੱਕ ਗਾਂ ਜਿਹੜੀ ਆਪਣੀ ਬਾਹਰ ਐ ਇਹਨੂੰ ਲੈ ਕੇ ਚੱਲਦੇ ਆ ਉਧਰ ਤੇ ਦੇਖ ਲਿਆ ਮਿੱਤਰੋ ਕੀ ਫਸ ਸਿਸਟਮ ਬਣਦਾ ਆ ਜਾ ਆ ਜਾ ਆ ਜਾ ਆ ਜਾ ਆ ਜਾ ਭੁੱਖ ਭੁੱਖ ਤਾਂ ਨਹੀਂ ਲੱਗੀ ਹਜੇ ਭੁੱਖ ਨਹੀਂ ਲੱਗੇਗੀ ਆ ਜਾ ਮੇਰਾ ਪੁੱਤ ਆ ਜਾ ਆ ਜਾ ਆ ਜਾ ਆ ਜਾ ਆ ਜਾ ਲਓ ਵੀ ਮਿੱਤਰੋ ਗਾਣੂ ਲਿਆਈਏ ਇੱਧਰ ਇਹ ਤੇਰੀ ਗਾਮਾ ਇਹਦੇ ਵਿੱਚ ਲਿਆਉਣੀਆਂ ਵੀ ਸੌਖੀਆਂ ਤੇ ਜਾਣਦੀਆਂ ਵੀ ਕਿਤੇ ਨਹੀਂ ਮਿੱਤਰੋ ਦੇਖੋ ਇੱਥੇ ਖੜ ਗਈ ਨਾ ਤੇ ਹੁਣ ਆਪਾਂ ਕਰੀਏ ਬਿਲਡ ਤੇ ਬਿਲਡ ਦੇ ਵਿੱਚ ਆਪਾਂ ਜਾ ਕੇ ਇਹਨਾਂ ਵਾਸਤੇ ਖਾਣ ਵਾਲਾ ਬਣਾਉਣਾ ਜਗਾੜ ਮੈਂ ਕਿੱਥੇ ਹੁੰਦਾ ਵਾ ਇਹਦੇ 'ਚ ਹੁੰਦਾ ਮੈਨੂੰ ਪਤਾ ਨਹੀਂਗਾ ਥੋੜਾ ਜਿਹਾ ਕਈ ਇਹ ਨਾ ਕੰਮ ਹੋ ਜਾਂਦਾ ਹੋਰ ਖਾਵੇ ਹੀ ਨਾ ਲਓ ਵੀ ਮਿੱਤਰੋ ਆ ਬਣ ਗਿਆ ਦੋਨੇ ਚੀਜ਼ਾਂ ਇੰਨਾ ਚ ਪਾਈਏ ਲੱਕੜਾ 16 16 ਬਾਈ ਹਾਏ ਓਏ ਇੱਕ ਤਾਂ ਗੇੜੇ ਹੀ ਬਹੁਤ ਲਾਉਣੇ ਪੈਂਦੇ ਆ ਮਿੱਤਰੋ ਕਈ ਯਾਰੀ ਆਹ ਦੇਖ ਲਓ ਮਿੱਤਰੋ ਕਿੰਧਰ ਚੜਦਾ ਆਉਂਦਾ ਓਏ ਹੱਲੇ ਹੋ ਜਾ ਆ ਨੇੜੇ ਹੋ ਗਿਆ ਨਾ ਮਿੱਤਰੋ ਤੇ ਇਹ ਵੀ ਪੁੱਠਾ ਸਿੱਧਾ ਕੰਮ ਕਰਨ ਲੱਗ ਗਿਆ ਬਾਈ ਕਿੰਨੂ ਹੀ ਹੋ ਗਏ ਬਾਈ ਮੈਂ ਟੋਮਟੇ ਦੇਖ ਲਓ ਦੋ ਲਿਆਏ ਸੀ ਆਪਾਂ ਆਪਾਂ ਸਿਰਾਂ ਆ ਕੰਮ ਕਰੀਦਾ ਆਪਾਂ ਦੋ ਲਈ ਦੇ ਜਾਨਵਰ ਬਾਕੀ ਸਾਰੇ ਘਰੇ ਪਾਲੀਦੇ ਆ ਕੁਕੜੀਆਂ ਜ਼ਰੂਰ ਆਪਾਂ ਵੱਧ ਲੈ ਕੇ ਆਏ ਸੀ ਮਿੱਤਰੋ ਕੁਕੜੀਆਂ ਪੰਜ ਲੈ ਕੇ ਆਏ ਸੀ ਤੇ ਜੇ ਆਪਾਂ گاਵਾਂ ਦੀ ਗੱਲ ਕਰਕੇ ਹੁਣ ਦੋਨੇ گاਵਾ ਆਪਣੀਆਂ ਪ੍ਰੈਗਨੈਂਟ ਆ ਦੋ ਬਲਦ ਆ ਆਪਣੇ ਕੋਲੇ ਤੇ ਇੱਕ ਬੱਚਾ ਵਾ ਤੁਸੀਂ ਲਾ ਲੋ ਹਿਸਾਬ ਕਿੰਨੇ ਪਸ਼ੂ ਹੋਗੇ ਤੇ ਕੁਕੜੀਆਂ ਵਾਲੇ ਪਾਸੇ ਤਾਂ ਤੁਸੀਂ ਗਿਣੋ ਨਾ ਚਾਰ ਕੁਕੜੀਆਂ ਸੀਗੀਆਂ ਆਪਣੇ ਕੋਲੇ ਇੱਕ ਕੁਕੜ ਤੇ ਢੇਰ ਹੀ ਲਾਤੇ ਬਾਈ ਤੇ ਮਿੱਤਰੋ ਅੱਜ ਆਪਣੇ ਕੋਲੇ ਬਾਈ ਫੱਟੇ ਵੀ ਮੁੱਕ ਗਏ ਬਾਈ ਮੈਂ ਕਹਿੰਦਾ ਜਮੇ ਹੀ ਮੁੱਕ ਗਏ ਬਾਈ ਅਟੇ ਮੋਗੇ ਤੇ ਆ ਜਿੱਥੇ ਮਤਲਬ ਇੱਕ ਗਾਂ ਖੜਾਈ ਹੈ ਨਾ ਆਪਾਂ ਇੱਥੇ ਦੋ ਖੜਾ ਸਕਦੇ ਆ ਮਿੱਤਰੋ ਇੰਨਾ ਟਾਇਟ ਥਾਂ ਵੀ ਨਹੀਂ ਹੈਗੀਗੀ ਪੂਰਾ ਵਧੀਆ ਸਾ ਸਿਸਟਮ ਆ ਇੱਥੇ ਆਪਾਂ ਵਧੀਆ ਦੋ ਗਾਵਾਂ ਆਉਣਗੀਆਂ ਖਾਣ ਪੀਣ ਦਾ ਪ੍ਰੋਜੈਕਟ ਹੋ ਗਿਆ ਇਹਦਾ ਪਾਣੀ ਪੀਣ ਦਾ ਕਰਦਗੇ ਕਿਉਂਕਿ ਜੇ ਮਿੱਤਰੋ ਇਕੱਠੇ ਰੱਖਤੇ ਨਾ ਬਲਦ ਤੇ ਗਾਵਾਂ ਸਾਰੀਆਂ ਇਕੱਠੇ ਰੱਖਤਿਆਂ ਫਿਰ ਇਹਨਾਂ ਨੇ ਜੰਮ ਜੰਮ ਢੇਰ ਲਾ ਦੇਣਾ ਫਿਰ ਮਿੱਤਰੋ ਆਪਾਂ ਨੂੰ ਵੀ ਵੇਚਣੀਆਂ ਪੈਣਗੀਆਂ ਫਿਰ ਦਿਲ ਨੂੰ ਹੁਰੂ ਜੇ ਹੋਊਗਾ ਨਾ ਆਪਣੇ ਤੋਂ ਖਾਣ ਪੀਣ ਲੋਟ ਆਉਣਾ ਵਾ ਹੁਣ ਜਵੇ ਦੇਖੋ ਇੱਥੇ ਵਧੀਆ ਦੋ ਗਾਵਾਂ ਰਹਿਣਗੀਆਂ ਇਸ ਦੇ ਵਿੱਚ ਜੇ ਜਦੋਂ ਧਾਰਚੋਣੀ ਆ ਆਪਾਂ ਇੱਥੋਂ ਦੀ ਵੜਨਾ ਐਂਟਰ ਕੋਈ ਬਾਰ ਨਹੀਂ ਖੁੱਲਣਦੀ ਲੋੜ ਤੇ ਬਾਲਟੀ ਥੱਲੇ ਰੱਖ ਕੇ ਆਰਾਮ ਨਾਲ ਧਾਰ ਚੋ ਲੈਣੀ ਆ ਇੱਥੇ ਡਰੰਮ ਪਏ ਹੋਣਗੇ ਉਹਨਾਂ 'ਚ ਪਾ ਲੈਣਾ ਨਹੀਂ ਫਿਰ ਇੱਧਰ ਆਪਾਂ ਹੁਣ ਤੁਹਾਨੂੰ ਮੈਂ ਬਣਾ ਕੇ ਦਿਖਾਉਂਦਾ ਆਪਾਂ ਕੀ ਕੀ ਬਣਾਉਣਾ ਵਾ ਇਸ ਰੂਮ ਦੇ ਵਿੱਚ ਇੱਕ ਤਾਂ ਮਿੱਤਰੋ ਇਸ ਰੂਮ ਦੇ ਵਿੱਚ ਆਪਾਂ ਟੇਬਲ ਲਾਉਣੇ ਆ ਠੀਕ ਆ ਤੇ ਇੱਕ ਆਹ ਆ ਲਾਉਣੇ ਆ ਬਾਈ ਜਿਗਾਰਡਮੈਂਟ ਜੇ ਲੱਕੜ ਲੱਕੜ ਦਾ ਸਿਆਪਾ ਪੈਂਦਾ ਪਿਆ ਕਿਹੜਾ ਇੱਕ ਤਾਂ ਲਾਈਏ ਨਾ ਕਿਹੜਾ ਇੱਕ ਲਾ ਕੇ ਕਿਹੜਾ ਆਪਾਂ ਤੁਹਾਨੂੰ ਦਿਖਾ ਦਿੰਦੇ ਆ ਇੱਕ ਆਹ ਵੱਡੀ ਅਲਮਾਰੀ ਆ ਨੇ ਇਹ ਤਾਂ ਮੀਟ ਆਸਤੇ ਆਣਾ ਇੱਕ ਰਾਇਕ ਜਾਂ ਵੀ ਆ ਬਾਈ ਇਹ ਚ ਸੋ ਆ ਰਿਹਾ ਮਿੱਤਰੋ ਸਿਲਫਾਂ ਇੱਕ ਆਪਾਂ ਇੱਥੇ ਲਾ ਲ ਗਏ ਇੱਥੇ ਲਾਈਏ ਸਿਲਫਾਂ ਕੇ ਜਮਾ ਸੈਂਟਰ ਦੇ ਚਲਾਈਏ ਇੱਥੇ ਲਾਉਨੇ ਆ ਇੱਕ ਤੇ ਇੱਕ ਦੇ ਨਾਲ ਹੀ ਲਾਉਨੇ ਆ ਇਹ ਲਓ ਵੀ ਮਿੱਤਰੋ ਆ ਹੋ ਗਈਆਂ ਸਿਲਫਾਂ ਜਦੋਂ ਇਹ ਬਣ ਗਿਆ ਉਦੋਂ ਦੇਖੋ ਹੋਂ ਤਾਂ ਕਿਰਾ ਸ਼ੀਸ਼ਾ ਜਾਂ ਵਿੱਚ ਦੀਦੀ ਦਾ ਪਿਆ ਵਾ ਤੇ ਇੱਥੇ ਵਧੀਆ ਵਿੱਚ ਆਪਾਂ ਸਮਾਨ ਸਮੂਹ ਰੱਖ ਸਕਦੇ ਆ ਤੇ ਇੱਕ ਲਾਉਨੇ ਆਪਾਂ ਜਮਾ ਸੈਂਟਰ ਦੇ ਵਿੱਚ ਇਹਦੇ ਟੇਬਲ ਲਓ ਵੀ ਮਿੱਤਰੋ ਆ ਲੱਗ ਗਿਆ ਟੇਬਲ ਉਹਣਾ ਇੰਨਾ ਕ ਸਾਮਾਨ ਜਿਹੜਾ ਆਪਾਂ ਪੱਕਾ ਕਰ ਲਗੇ ਟੇਬਲ ਤੇ ਆਪਾਂ ਰੱਖਾਂਗੇ ਗੈਸ ਸਟੋਵ ਸਟੂਬ ਤੇ ਇਹਦੇ ਚ ਆਪਾਂ ਹੋਰ ਸਾਮਾਨ ਸਮੂਹ ਰੱਖਿਆ ਕਰਾਂਗੇ ਤੇ ਇਹਦੇ ਚ ਆਪਾਂ ਜਿਹੜੀ ਚੀਜ਼ ਦਾ ਕਬੂਲਾ ਬਣਾਇਆ ਕਰਨਾ ਉਹ ਰੱਖਿਆ ਕਰਨਾ ਤੇ ਮੜਾ ਲਾਈਟ ਦਾ ਵੀ ਦੇਖ ਹੀ ਲੀ ਗੇ ਯਾਰ ਲਾਈਟ ਲੂਟ ਅੰਦਰ ਲਾ ਲਾਂਗੇ ਰਾਤ ਬਰਾਤੇ ਬੰਦਾ ਕੰਮ ਕਰਦਾ ਰਹਿੰਦਾ ਚਾਰ ਮੈਟਲ ਸੋ ਇਹ ਚਾਰ ਮੈਟਲ ਤਾਂ ਨਹੀਂ ਹੋਣੇ ਆਪਣੇ ਕੋਲੇ ਇੱਕ ਇੱਕ ਲਾ ਕੇ ਦੇਖਦੇ ਆ ਇੱਕ ਲਾ ਦਈਏ ਇੱਥੇ ਤੇ ਚਾਰ ਮੈਟਲ ਲੈ ਕੇ ਆਉਂਦਾ ਮੇਰੇ ਕੋਲੇ ਮੈਟਲ ਪਏ ਤਾਂ ਹੈ ਪਰ ਇਹਨੇ ਨਹੀਂ ਪਤਾ ਕਿੰਨੇ ਪਏ ਆ ਜੇ ਕਿਤੇ ਤੈਨ ਹੋਏ ਨਾ ਫਿਰ ਮਿੱਤਰੋ ਜਮੇ ਹੀ ਪੁਰ ਜਾਣੀ ਆ ਵਾਧਾ ਕੋਈ ਚੱਕਰ ਨਹੀਂ ਬਸ ਇੱਕ ਲਾਈਟ ਜ਼ਰੂਰ ਬਣ ਜੇ 8 ਬਈ ਦੋ ਲੇਟਾਂ ਬਣ ਜਾਣਗੀਆਂ ਕਿਆ ਬਾਤ ਐ ਲਓ ਵੀ ਮਿੱਤਰੋ ਕਰੀਏ ਟੂ ਪੂਰੀ ਓ ਤੇਰੀ ਬੱਲੇ ਜੱਗੂ ਕਿਵੇਂ ਹੋਏ ਤਾਰਾਂ ਤੂਰਾ ਪੌਣੀਆਂ ਪੈਣਗੀਆਂ ਓ ਤੇਰੀ ਆ ਸਿਸਟਮ ਖਈਆ ਮਿੱਤਰੋ ਦੇਖੋ ਆ ਲਾਈਟ ਲੂਟ ਵਾਲਾ ਕੰਮ ਸਿਰਾ ਹੋ ਗਿਆ ਨਾ ਤੇ ਆ ਵੀ ਲਾਈਏ ਬਾਈ ਮੈਨੂੰ ਅੱਜ ਬੜਾ ਚਾਜ ਆਇਆ ਖਰਾ ਹੋ ਗਿਆ ਬਾਈ ਕੰਮ ਕੈਂਟ ਯਾਰ ਕੈਂਟ ਲਓ ਵੀ ਮਿੱਤਰੋ ਆ ਲਾਈਟ ਵੀ ਲਾਦ ਕੇ ਤੇ ਮੇਰੇ ਸਭ ਨਾਲ ਆਪਾਂ ਸੋਚ-ਸੋਚ ਵੀ ਲਾ ਸਕਦੇ ਆ ਸੋਚ-ਸੋਚ ਚਲਾ ਕੇ ਦੀ ਤਾਂ ਵਾਇਰਿੰਗ ਬੁਰਿੰਗ ਕਰਨੀ ਪਊਗੀ ਉਭੀ ਆਪਾਂ ਦੇਖਾਂਗੇ ਕਿਵੇਂ ਹੁੰਦਾ ਪਰ ਆ ਕਮਰਾ ਜਾਗ ਗਿਆ ਪੂਰਾ ਹੁਣ ਇਹਦੇ ਤੇ ਪਈਏ ਲੱਕੜਾ 12 12 24 24 ਤੇ ਇਹਦੇ ਤੇ ਮੈਟਲ ਪੈਣੇ ਆ ਬਾਈ ਲੈ ਤੇ ਨੌ ਪੈਣੇ ਆ ਮਿੱਤਰੋ ਇਹਦੇ ਤੇ ਲੱਕੜਾ ਸੋ ਲੱਕੜਾ ਇੱਥੇ ਪਈਆਂ ਹੋਣਗੀਆਂ ਆਪਣੇ ਕੋਲੇ ਲੱਕੜਾ ਵਾਲਾ ਕੰਮ ਤਾਂ ਨਵੀੜ ਗੇ ਨਾ ਇੰਨਾ ਕਿ ਮਿੱਤਰੋ ਲੱਕੜਾ ਦੀ ਤੰਗੀ ਆ ਗਈ ਆ ਮੈਂ ਕਿਹਾ ਛਲਾ ਵੀ ਫੜਕਾਈ ਦਈਏ ਬਾਈ ਲੱਕੜਾ ਸੱਚੀ ਮਿੱਤਰੋ ਲੱਕੜਾ ਬਈ ਸਾਰੀਆਂ ਮੁੱਕ ਗਈਆਂ ਲੱਕੜੋ ਲੱਕੜੋ ਹੋ ਗਿਆ ਕੰਮ ਤੇ ਕਿਉਂਕਿ ਮੈਂ ਜਿੰਨੀਆਂ ਉਨੀਆਂ ਲੱਕੜਾ ਪਾੜੀਆਂ ਜਿੰਨਾ ਦੋ ਟੈਂਕੀਆਂ ਸੀ ਮੇਰੇ ਕੋਲ ਤੇਲ ਵਾਲੀਆਂ ਠੀਕ ਆ ਉਹ ਫੁੱਲ ਕਰਤੀਆਂ ਮਸ਼ੀਨਾ ਮਤ ਤੇਲ ਫੁੱਲ ਕਰਕੇ ਮੈਂ ਕਿਹਾ ਜਿੰਨੀਆਂ ਲੱਕੜਾਂ ਪਾੜਤੀਆਂ ਪਾੜਤੀਆਂ ਬਾਕੀ ਉੱਥੇ ਹੀ ਛੱਡ ਦਾਂਗੇ ਕੰਮ ਠੀਕ ਹੈ ਉਹਨੀਆਂ ਲੱਕੜਾਂ ਵੱਢ ਗਿਆ ਮੈਂ ਕਿਹਾ ਕੀ ਬਤਾ ਆ ਜੇ ਪੂਰਾ ਕੰਮ ਇਹ ਪੂਰਾ ਤਾਂ ਆਲਮੋਸਟ ਆ ਹੀ ਗਿਆ ਦੇਖਿਆ ਜਾਵੇ ਦਾ ਮੇਤਰੋ ਆਪਣਾ ਕੰਮ ਬਾਣੀ ਗਿਆ ਵਾ ਥੋੜੀਆਂ ਜੀਆਂ ਲੱਕੜਾਂ ਹੋਰ ਪਾੜਨੀਆਂ ਪੈ ਸਕਦੀਆਂ ਆਪਾਂ ਨੂੰ ਪਾੜਾ ਨਹੀਂ ਬਸ ਆਹ ਸ਼ੈਲਫ ਦਾ ਪੂਰੀ ਕਰ ਗਏ ਨਾ ਆ ਦੇਖੋ ਮੇਤਰੋ ਸ਼ੈਲਫ ਪੂਰੀ ਘੈਂਟ ਲੱਗਦੀ ਆ ਤੇ ਬਾਕੀ ਪਾਈਏ ਇਹਦੇ ਚ ਸੱਤ ਲੱਕੜਾਂ ਨੌ ਲੱਕੜਾਂ ਹੋਰ ਪੈਣੀਆਂ ਤੇ ਮੈਟਲ ਪੈਣੀਆਂ 18 ਇਹਦੇ ਚ ਹਾਂਜੀ ਕਾਹ ਵਿਕੜੀਆਂ ਕੀ ਖਾ ਕੇ ਆਇਆ ਹੈਲੋ ਆਇ ਆਇ ਕਰ ਹੈਲੋ ਉਧਰ ਉਥੇ ਦੇਖ ਕੇ ਹੈਲੋ ਬਹਿ ਜਾ ਹੰਤੂ ਕਾਉਦ ਕਾ ਮੈਂ ਖਾ ਜਾ ਫਿਰ ਇਹ ਇਹ ਤੂੰ ਤੂੰ ਨਾ ਖੇਡ ਫਿਰ ਮਿੱਤਰੋ ਇਹ ਕਹਿੰਦੀ ਮੈਂ ਗੇਮ ਖੇਡਨੀ ਆ ਮੈਂ ਕਹਿੰਦਾ ਮੈਂ ਖੇਡਣੀ ਆ ਤੁਸੀਂ ਕਹਿੰਦੇ ਹੋ ਅਸੀਂ ਖੇਡਨੀ ਆ ਜੀਜੀ ਕਿੱਥੇ ਆ ਕਿੱਥੇ ਜੀਜੀ ਕੋਈ ਜੀਜੀ ਨਹੀਂ ਆਓ ਜੀ ਕਾਉ ਆ ਜਾ ਤੈਨੂੰ ਹੋਰ ਕਾਉ ਦਿਖਾਵਾਂ ਲੋ ਵੀ ਮਿੱਤਰੋ ਆਪਾਂ ਦੇਖ ਹੀ ਆਈਏ ਆਪਣਾ ਬੱਛਾ ਜਾ ਵੀ ਸੀਗਾ ਜਿਹੜਾ ਬੱਛਾ ਬੱੱਛੀ ਜੋ ਵੀ ਹੈ ਕਿ ਕੀ ਬਣਿਆ ਹੋ ਵੱਡਾ ਹੋਇਆ ਕਿ ਨਹੀਂ ਇੱਥੇ ਗੇਟ ਤੇ ਨਾ ਬੈਠੇ ਹੁਣ ਮੈਨੂੰ ਨਾ ਵਧੀਆ ਲੱਗਦਾ ਇਦਾਂ ਦੀ ਵੜਨਾ ਗੇਟ ਖੋਲ ਦੇ ਉਹ ਤੇਰੀ ਕਾਓ ਇੱਕ ਕਾਓ ਆ ਕੀ ਬੋਤਾ ਆਹਾ ਆਹਾ ਕਾਓ ਕਾਓ ਮਿੱਤਰੋ ਹੁਣ ਚੱਲਦੇ ਆ ਚੱਲਦੇ ਆ ਜਾ ਕੇ ਲੈ ਕੇ ਉਹਨੇ ਮੈਟਲ ਨਾਲੇ ਥੋੜੀਆਂ ਜੀਆਂ ਲੱਕੜਾ ਲਿਆਵਾਂਗੇ ਯਾਰ ਦੋ ਚਾਰ ਖਰੀਦ ਲਿਆਵਾਂਗੇ ਚੱਲਦਾ ਅੱਜ ਅੱਜ ਪੇਚੇ ਪੇਚੇ ਹੀ ਲੱਗਣਗੇ ਉਹਦਾ ਪਤਾ ਹੀ ਹੈ ਲੱਗਣਗੇ ਆ ਦੇਖ ਇੱਥੇ ਚੱਲਦੇ ਆ ਮਿੱਤਰੋ ਆਪਣੀ ਭੂੰਡੀ ਜੀ ਤੇ ਮੈਂ ਟੋਮੈਟੋ ਮੈਂ ਕਹਿੰਦਾ ਖਿੱਚ ਕੇ ਹਾਰਡਵੇਅਰ ਸਟੋਰ ਵੱਜ ਗਏ ਉਦੋਂ ਬਾਅਦ ਜਾਵਾਂਗੇ ਆਪਣੇ ਤੇਲ ਵਾਲੇ ਪੰਪਾ ਮੰਨੀ ਡਰਮ ਡਰਮ ਜੇ ਆਪਣੇ ਤਿੰਨ ਆਰਾਮ ਨਾਲ ਭਰ ਜਾਣੇ ਆ ਬਾਈ ਮਿੱਤਰੋ ਮੈਕੂ ਦਾ ਨਾ ਰੋਜ ਦਾ ਹੀ ਹੋ ਗਿਆ ਬਾਈ ਰੋਜ ਹੀ ਆ ਜਾਂਦੀ ਹੈ ਜਦੋਂ ਵੀ ਮੈਂ ਵੀਡੀਓ ਬਣਾਉਂਦਾ ਹੁੰਦਾ ਪਤਾ ਨਹੀਂ ਹੈਲੋ ਕਰਨ ਲਈ ਚਾਹ ਵਾ ਇਹਨੂੰ ਭੱਜੀ ਆਉਂਦੀ ਆ ਹੁਣ ਇੱਕ ਬਾਜ਼ਾਰ ਗਏ ਵੇਸੀ ਘਰੇ ਆਉਂਦੇ ਸਾਰੀ ਚਾ 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 ਖੂ ਚਾ ਚਾ ਖੂ ਚਾ ਚਾ ਖੂ ਗੇਟ ਭੰਨ ਦਿੰਦੇ ਬਾਈ ਮਾਰ ਮਾਰ ਕੇ ਮੁੱਕੀਆਂ ਤੇ ਪਰ ਜੀ ਵੀ ਲੱਗਾ ਰਹਿੰਦਾ ਤੇ ਹੁਣ ਆਪਾਂ ਚੱਲਦੇ ਆਂ ਮਿੱਤਰੋ ਹਾਰਡਵੇਅਰ ਸਟੋਰ ਤੇ ਹਾਰਡਵੇਅਰ ਸਟੋਰ ਤੋਂ ਆਪਾਂ ਇੱਕ ਤਾਂ ਲੈਣਾ ਲੱਕੜਾਂ ਥੂੜੀਆਂ ਹੀ ਲੈ ਲੈਣਾਂ ਚੱਲੋ ਤਿੰਨ ਚਾਰ ਸੌਕ ਦੀਆਂ ਸੌਕ ਦੀਆਂ ਲੱਕੜਾਂ ਲੈ ਕੇ ਤੇ ਬਾਕੀ ਆਪਾਂ ਲੈਣਾ ਮੈਟਲ ਸੌ ਦਾ ਹੀ ਮੈਟਲ ਲੈਣਾ ਪੈਣਾ ਬਾਈ 200 ਲੱਗ ਜਣਾ ਮੈਂ ਬੱਤੀਆਂ ਦਾ ਇੱਕ ਆ ਮੈਂ ਅੱਠਾਂ ਦਾ ਸਮਝ ਹੀ ਜਾਂਦਾ ਸੀ ਇੱਕ ਆਪਾਂ ਲਈਏ 96 ਦੇ ਲਓ ਜੀ ਮਿੱਤਰੋ ਚੈੱਕ ਆਊਟ ਕਰਤਾ 96 ਦਾ ਆਹਾ ਤੇ 100 ਦਾ ਲੈ ਲਈਏ ਮੈਟਲ 100 ਦਾ ਕਿਉਂ ਬਾਈ 200 ਦਾ ਹੀ ਲੈਣਾ ਪੈਣਾ 18 ਉਹਦੇ ਚ ਪੈਣੇ ਆ ਹਾਂ 18 ਪੈਣੇ ਆ 200 ਦਾ ਮੈਟਲ ਲੈਣਾ ਪੈਣਾ ਬਾਈ ਪਾਏ ਦਾ ਨਾ ਰੋਜ ਹੀ ਜਿੰਨੇ ਬਣਦੇ ਉਹਨੇ ਹੀ ਲੱਗ ਜਾਂਦੇ ਆ ਬਾਈ ਲੱਕੜਾਂ ਦੇ ਤਾਂ ਸਮਝ ਲਓ ਆਪਾਂ ਵੇਸਟ ਹੀ ਕੀਤੇ ਆ ਇੰਨੇ ਦਾ ਆਪਾਂ ਤੇਲ ਲਿਆਉਂਦੇ ਨਾ ਆਰਾਮ ਨਾਲ ਚੀਰ ਲੈਣੀਆਂ ਸੀ 96 ਡਾਲਰ ਦੀਆਂ ਲੱਕੜਾਂ ਵੇਖ ਲਓ ਬਾਈ ਕਿੰਨੀਆਂ ਕਾਇਆਂ ਲਓ ਵੀ ਮਿੱਤਰੋ ਜਲਦੀ ਜਲਦੀ ਚੱਲ ਗਏ ਤੇ ਕੰਪਲੀਟ ਕਰ ਗਏ ਜਿਹੜਾ ਵੀ ਸਿਸਟਮ ਆਪਣਾ ਰਹਿੰਦਾ ਟੇਬਲ ਤਾਂ ਹੋ ਗਿਆ ਰੈਕ ਵੀ ਹੋ ਗਿਆ ਤੇ ਬਸ ਉਹੀ ਰਹਿੰਦਾ ਆਪਣਾ ਡਰਾਅਰ ਜਿਹਾ ਹੀ ਰਹਿੰਦਾ ਵਾ ਚੀਜ਼ ਡਰਾਅਰ ਤੇ ਉਹ ਵੀ ਜਾ ਕੇ ਆਪਾਂ ਕਰੀਏ ਕੰਪਲੀਟ ਉਸ ਤੋਂ ਬਾਅਦ ਜਿਹੜਾ ਆਪਾਂ ਨੂੰ ਚੀਜ਼ ਬਣਾਉਣ ਦੇ ਲਈ ਸਮਾਨ ਚਾਹੀਦਾ ਸਟੋਕ ਸਟੂਬ ਤੇ ਉਹ ਕਰ ਗਏ ਓਕੇ ਲਾਓ ਵੀ ਮਿੱਤਰੋ ਆ ਗਏ ਕਹਿੰਦੇ ਕੀ ਬਾਰਾ ਜੇ ਆਪਾਂ ਲੇਟਾਂ ਨਾਲ ਲਾਉਂਦੇ ਆਪਣੇ ਕੋਲੇ 8 ਮੈਟਲ ਪਈ ਸੀ ਫਿਰ ਸਰ ਵੀ ਜਾਣਾ ਸੀ ਆਪਣਾ ਪਰ ਆਪਾਂ ਲੇਟਾਂ ਮੰਨੀ ਹੋ ਗਏ ਫਿਰ ਮਤਲਬ 100 ਦਾ ਲੱਗਣਾ ਸੀ ਮੈਟਲ ਹੁਣ ਆਪਣਾ 200 ਦਾ ਲੱਗਿਆ ਪਰ ਆਏ ਆ ਕਿੰਦਰ ਚਾਨਣ ਜਾਂ ਵੀ ਹੋ ਗਿਆ ਸੋਨਾ ਜਾਂ ਵੀ ਲੱਗਦਾ ਯਾਰ ਤੇ ਆ ਮੈਟਲ ਆਪਣਾ ਵੱਧ ਗਿਆ ਇਹਨੂੰ ਕਿਹੜਾ ਇੱਥੇ ਹੀ ਰੱਖ ਦਗੇ ਤੇ ਲੱਕਣਾ ਚੱਕੀਏ ਕੰਪਲੀਟ ਕਰ ਗਏ ਆ ਇੱਥੋਂ ਛਾਲ ਮਾਰ ਕੇ ਚੜਨ ਨਾਲ ਆਪਾਂ ਕੰਮ ਨਹੀਂ ਕਰਦੇ ਇੱਥੇ ਆਪਾਂ ਪੂਰਾ ਮਿੱਤਰੋ ਉਹ ਬਣਾ ਦਾਂਗੇ ਰੈਂਪ ਬਣ ਜਾਣਗੇ ਚੜਨ ਨੂੰ ਪੌੜੀਆਂ ਤੇ ਪੂਰਾ ਘੈਂਟ ਹੋ ਜਾਊਗਾ ਕੰਮ ਤੇ ਆ ਬ ਇਹਦੇ ਜਿਵੇਂ ਪਾਈਏ ਡਰੋਰ ਤਾਂ ਬਣ ਗਿਆ ਤੇ ਹੁਣ ਆ ਵੀ ਬਨਜੂ ਬਾਈ ਪੂਰਾ ਆ ਗਿਆ ਪੂਰਾ ਬਾਈ ਵੇਖੋ ਮਿੱਤਰੋ ਆ ਕਮਰੇ ਦੇ ਵਿੱਚ ਹੁਣ ਆਪਣਾ ਹੋਇਆ ਕਰਨਾ ਚੀਜ਼ ਚੂਦ ਵਾਲਾ ਕੰਮ ਆ ਦੇਖੋ ਖੋਲੋ ਇਹਦੇ ਚ ਰੱਖ ਦਿਆ ਕਰਨੀਆਂ ਆਪਾਂ ਤੇ ਮੈਂ ਕਹਿੰਦਾ ਚੀਜ਼ ਚੂਦ ਪਨੀਰ پنੂਰ ਸਾਰਾ ਕੈਟ ਬਣਿਆ ਕਰੂ ਆ ਟੇਬਲ ਤੇ ਆਪਾਂ ਦੁੱਧੂ ਦਬਾਲੇ ਦਿਆ ਕਰਾਂਗੇ ਤੇ ਆ ਜਵੇਂ ਹੁਣ ਗਾਂ ਖੜੀ ਐ ਇੱਥੇ ਵਧੀਆ ਖਾਇਆ ਪੀਓ ਕਰੂਗੀ ਨਜ਼ਾਰੇ ਲਿਆ ਕਰੂਗੀ ਹੁਣ ਆਪਾਂ ਚੱਲੀਏ ਥੋੜਾ ਜਿਹਾ ਪੈਸਿਆਂ ਦਾ ਪ੍ਰਬੰਧ ਕਰਨ ਹੁਣ ਪੈਸਿਆਂ ਦਾ ਪ੍ਰਬੰਧ ਕਰਨਾ ਹੈ ਘਾਸ ਆਸਤੇ ਕਿਉਂਕਿ ਆਪਾਂ ਸਟੂਬ ਲੈ ਕੇ ਆਉਣਾ ਪੈਣ ਲੈ ਕੇ ਆਉਣਾ ਵ ਤੇ ਦੁੱਧ ਵਾਲਾ ਕੰਨ ਇੱਕ ਲੈ ਕੇ ਆਉਣਾ ਹੋਰ ਤੇ ਆਪਾਂ ਕੁੱਤੇ ਨੂੰ ਨਾਲ ਲੈ ਚੱਲੀਏ ਕਿ ਰਹਿੰਦਗੇ ਇੱਥੇ ਫਿਰਦਾ ਰਹਿੰਦਗੇ ਮਿੱਤਰੋ ਕੋਈ ਚੱਕਰ ਨਹੀਂ ਫਿਰਦਾ ਰਹਿੰਦਾਂ ਉਹ ਛੈਰੀ ਨੂੰ ਉਹ ਕਿਤੇ ਪਰਾਂ ਫਿਰਦਾਊਗਾ ਮੇਰੇ ਹਸਬ ਨਾਲ ਉਹ ਦਰਖਤਾਂ ਦੇ ਵਿੱਚ ਫਿਰਦਾ ਵਾ ਆ ਲੈ ਚੱਲੀਏ ਤਿੰਨ ਡਰਮ ਤੇ ਇੱਕ ਰੱਖ ਲਗੇ ਵਿੱਚ ਆਪਾਂ ਆਹ ਰਾਜ ਜੇ ਕੋਈ ਜਾਨਵਰ ਜੁਨਵਰ ਦੇਖ ਗਿਆ ਤਾਂ ਭੜਕਾ ਦਾਂਗੇ ਤੇ ਤੇਲ ਭਰ ਕੇ ਲੈ ਗਏ 1500 ਦਾ ਆਹ ਨਾਲ ਆਪਣਾ ਬਣ ਜੂ ਮੇਰੇ ਹਸਬ ਨਾਲ ਤਾਂ ਮਿੱਤਰੋ ਆਪਣੀ ਤੇਲ ਵਾਲੀ ਮਸ਼ੀਨ ਹੀ ਖੜੀ ਪਈ ਆ ਓਏ ਮੇਰੇ ਹਸਬ ਨਾਲ ਇਹਦੇ ਵਿੱਚ ਮਿੱਤਰੋ ਤੇਲ ਤੁਲ ਮੁਗ ਗਿਆਊਗਾ ਤੇਲ ਤਾਂ ਇੱਥੇ ਪਿਆਵਾ ਆ ਦੇਖੋ ਤੇਲ ਵਿੱਚ ਪਾਉਣ ਵਾਲਾ ਸੀ ਬਾਈ ਬਈਆ ਮਸ਼ੀਨ ਹੀ ਬੰਦ ਪਈ ਸੀ ਆਪਣੀ ਬਾਈ ਯਾਰ ਦੂਜੀ ਬਾਬੇ ਦੀ ਕਰਪਾ ਨਾਲ ਦੂਜੀ ਚੱਲਦੀ ਹੋਵੇ ਮੇਤਰੋ ਆਹ ਦਾ ਬੜਾ ਕੰਮ ਖਰਾਬ ਹੋ ਗਿਆ ਯਾਰ ਉਹਦਾ ਬੜਾ ਕੰਮ ਖਰਾਬ ਹੋ ਗਿਆ ਦੋ ਪਾਲੂ ਆ ਮੇਰੇ ਕੋਲੇ ਖੜ ਜੁ ਗਾਨ ਚ ਗੂਲੀਆਂ ਦੇ ਵੇਖਨ ਤੋਂ ਕਿੰਨੀਆਂ ਬਾਈ 7 ਗੂਲੀਆਂ ਹੈ ਇਹਨਾਂ ਨੂੰ ਦਾ ਮੈਂ ਦੱਸਦਾ ਪਤਾ ਬਾਈ ਕੋਈ ਨਾ ਮੇਤਰੋ ਕੁਛ ਨਹੀਂ ਦਾ ਕੋਸ਼ਿਸ਼ਈ ਆਹ ਮਸ਼ੀਨਾਂ ਮੇਤਰੋ ਮੈਂ ਤੇਲ ਤੂ ਲੈਣ ਆਇਆ ਹੂੰਗਾ ਤੇਲ ਦਾ ਵਿੱਚ ਸੀਗਾ ਵੀ ਤੇ ਉਦੋਂ ਮੇਰੇ ਤੋਂ ਕਿਤੇ ਬੰਦ ਹੋ ਗਈ ਬਾਈ ਗਲਤੀ ਦੇ ਨਾਲ ਤੇ ਕੰਮ ਖਰਾਬ ਹੋ ਗਿਆ ਆਦਾ ਕਰਤਾ ਮੂਦਾ ਮਿੱਤਰੋ ਦੂਜਾ ਵੇਖੇ ਦੂਜਾ ਕਿੱਥੇ ਆ ਦੂਜਾ ਉਹ ਪਹਾੜ ਜਾਂ ਚੜੀ ਜਾਂਦਾ ਉਹਦੇ ਨਾਲ ਵੀ ਕਰਦਾ ਹਿਸਾਬ ਮੈਂ ਤੈਨ ਨਾ ਭਾਈ ਓਏ ਇੱਕ ਤਾਂ ਵੀ ਫਿਰਦਾ ਵਾ ਲੋ ਵੀ ਮਿੱਤਰੋ ਆ ਵੀ ਕਰਤਾ ਮੂਦਾ ਤੇ ਮੈਂ ਤੋਂ ਮੈਂਟਿਕ ਚੱਕੀਏ ਪਾਈਏ ਡੱਬੇ ਦੇ ਵਿੱਚ ਤੇ ਮੇਰੇ ਕੋਲੇ ਗੋਲੀਆਂ ਜੇ ਦੋ ਨਾ ਹੋਰ ਹੋਈਆਂ ਫੇਰ ਕੰਮ ਔਖਾ ਹੋਜੂ ਹੈਗੀਆਂ 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 ਤੇ ਗੋਲੀਆਂ ਦਾ ਤਿੰਨਾਂ ਜੇ ਇੱਕ ਮੈਸ ਵੀ ਕਰ ਜਾਾਂਗੇ ਭਾਲੂ ਇੱਕ ਹੋਰ ਫਿਰਦਾ ਨਾ ਪਾਲੂ ਹੋਈ ਵਾਵਾ ਗਏ ਯਾਰ ਇੱਥੇ ਯਾਰ ਜੇ ਕਿਤੇ ਆ ਆ ਵੇਖ ਪਾ ਵੇਖ ਪਾ ਕਰਦਾ ਇਹਦਾ ਵੀ ਕੰਮ ਕਰੀ ਦੇ ਲਓ ਵੀ ਮਿੱਤਰੋ ਹੁਣ ਨਾ ਕੋਈ ਪਾਲੂ ਤੇ ਆ ਜਾਏ ਹੁਣ ਤਾਂ ਆਪਾਂ ਨੂੰ ਭੱਜਣਾ ਹੀ ਪੈਣਾ ਵਾ ਬਾਈ ਜੇ ਕਿਤੇ ਮਿੱਤਰੋ ਮਸ਼ੀਨ ਚੱਲਦੀ ਹੁੰਦੀ ਨਾ ਤਾਂ ਆਪਣੇ ਕੋਲੇ ਘਟੋ ਘਟ 6 ਜਾਂ 700 ਦਾ ਆਪਣੇ ਕੋਲੇ ਕਰੂਡ ਆਇਲ ਐਕਸਟਰਾ ਹੋਣਾ ਸੀ 6 700 ਦਾ ਇਹਦੇ ਚ ਹੁਣ ਇਹ ਮੈਨੂੰ ਆਇਆ ਸੀ ਕਿ ਤਿੰਨੇ ਡਰਮ ਭਰ ਜਾਣਗੇ ਆਪਣੇ ਤੇ ਥੋੜਾ ਬਹੁਤਾ ਮਸ਼ੀਨ ਦੇ ਵਿੱਚ ਪਿਆ ਹੋਊਗਾ ਮਤਲਬ ਦੋਨੇ ਮਸ਼ੀਨਾਂ ਤੋਂ ਪਰ ਕੋਈ ਨਾ ਮਿੱਤਰੋ ਕਈ ਵਾਰੀ ਹੋ ਜਾਂਦਾ ਵਾ ਮਸ਼ੀਨ ਮੇਰੇ ਤੋਂ ਬੰਦ ਰਹੇਗੀ ਨਹੀਂ ਤਾਂ ਤੇਲ ਤਾਂ ਇਹਦੇ ਚ ਸਿੱਧੀ ਮੁਗਦਾ ਨਹੀਂਗਾ ਸ਼ੁਕਰ ਆ ਬਾਈ ਸ਼ੁਕਰ ਆ ਚੱਲੀ ਜਾਂਦੀ ਆ ਓਏ ਬਾਈ 100 100 ਕੱਢਦਾ ਵੇ ਦੋ ਡਰਮ ਬਾਈ ਤਿੰਨੇ ਡਰਮ ਹੀ ਭਰ ਜਾਣਿਆ ਮਤਲਬ ਆਪਣੇ ਕੋਲੇ ਘਟੋ ਘਟ ਤਿੰਨ ਹਜ਼ਾਰ ਦਾ ਤੇਲ ਸੀਗਾ ਜੋ ਮਸ਼ੀਨ ਨਾ ਬੰਦ ਹੁੰਦੀ ਚਲੋ ਕੋਈ ਨਾ ਕੋਈ ਨਾ ਕੋਈ ਨਾ ਕੋਈ ਨਾ ਮਿੱਤਰੋ ਕੋਈ ਨਾ ਇੰਨੇ ਨਾਲ ਹੀ ਖੋਸ਼ ਆ ਮਿੱਤਰੋ ਆਪਾਂ ਆਪਾਂ ਤਿੰਨ ਡਰਮ ਭਰਨ ਆਏ ਸੀ ਤਿੰਨੇ ਆਪਣੇ ਭਰ ਗਏ ਹੋਰ ਕੀ ਆਪਾਂ ਨੂੰ ਚਾਹੀਦਾ ਬਾਈ 1500 ਵਟ ਲਿਆ ਮਿੱਤਰੋ ਆਪਾਂ ਤੇਲ ਤੋਂ ਤੇ ਤਿੰਨ ਮਾਰ ਤੇ ਆਪਾਂ ਇਹ ਡੇੜੇ ਤਗੜੇ ਮੈਂ ਕਹਿੰਦਾ ਸਿਰਾ ਹੀ ਹੋ ਗਿਆ ਕੰਮ ਜੇ ਕੁੱਤਾ ਲਿਆਉਂਦੇ ਨਾ ਨਾਲ ਫੇਰ ਕੰਮ ਖਰਾਬ ਹੋ ਜਾਣਾ ਸੀ ਮਤਲਬ ਉਹਨੇ ਅਟੈਕ ਕਰ ਦੇਣਾ ਸੀ ਤੇ ਇਹਨਾਂ ਨੇ ਮਾਰ ਦੇਣਾ ਸੀ ਬਾਸ ਸਮਾਨ ਵੇਚ ਗਏ ਤੇ ਜਲਦੀ ਜਲਦੀ ਪਹੁੰਚ ਗਏ ਜਰਨਲ ਸਟੋਰ ਕਿਉਂਕਿ ਉੱਥੋਂ ਆਪਾਂ ਲੈ ਕੇ ਆਉਣਾ ਸਮਾਨ ਜਿਹੜਾ ਉਹ ਵੀ ਮੈਂ ਕਹਿੰਦਾ ਸਿਰਾ ਹੀ ਹੋਣਾ ਵਾ ਤੇ ਆ ਹੋ ਗਿਆ ਆ ਵੀ ਹੋ ਗਿਆ ਆ ਵੀ ਹੋ ਗਿਆ ਲਓ ਵੀ ਮਤਲਬ ਪੈਸੇ ਵਟਲੇ ਮੈਂ ਕਹਿੰਦਾ ਕਿੰਨੇ ਹੋ ਗਏ ਆਪਣੇ ਕੋਲ 1846 ਗੱਲਬਾਤ ਪੂਰੀ ਐਂਡ ਆ ਬਈ ਆ ਡਰਮ ਜੇ ਇੱਥੇ ਹੀ ਰੱਖ ਦਈਏ ਯਾਰ ਲਾ ਕੇ ਕੋਈ ਨਾ ਉੱਥੇ ਟਰੈਕਟਰ ਖੜਾ ਉਹਦੀ ਟਰਾਲੀ 'ਚ ਰੱਖ ਲਵਾਂਗੇ ਸਮਾਨ ਆ ਢੂੰਡੀ ਜੀ ਉੱ ਪਿਛਲੀ ਵੀਡੀਓ ਦੇਖਣਾ ਆਪਾਂ ਜਰਨਲ ਸਟੋਰ ਲੈ ਕੇ ਗਏ ਸੀ ਟਰੇਟਰ ਉੱਥੇ ਹੀ ਖੜਾ ਬਾਈ ਮੈਂ ਕਿਹਾ ਖੜਾ ਰਹਿੰਦੇ ਇਹਨੂੰ ਕਿਹੜਾ ਕੋਈ ਲਿਜਾਂਦਾ ਯਾਰਾ ਮੁਰਦਦੀ ਨਹੀਂ ਨਾ ਕਈ ਵਾਰੀ ਮੈਨੂੰ ਬੜਾ ਗੁੱਸਾ ਆਉਂਦਾ ਬਾਈ ਪਰ ਮਿੱਤਰੋ ਮੈਨੂੰ ਲੱਗਦਾ ਆ ਟਰਾਲੀ ਦੇ ਵਿੱਚ ਆਪਾਂ ਸਮਾਨ ਰੱਖ ਹੀ ਨਹੀਂ ਸਕਦੇ ਯਾਰ ਮੈਨੂੰ ਤਾਂ ਇਦਾਂ ਹੀ ਲੱਗਦਾ ਬਾਈ ਦੇਖਦੇ ਆ ਮਿੱਤਰੋ ਜੇ ਰੱਖ ਸਕਦੇ ਹੋਈ ਤਾਂ ਸਰਾ ਹੋ ਜਾਊਗਾ ਨਹੀਂ ਕੰਮ ਔਖਾ ਹੋ ਜਾਊ ਨਹੀਂ ਰੱਖ ਸਕਦੇ ਬਾਈ ਰੱਖ ਹੀ ਨਹੀਂ ਸਕਦੇ ਮਿੱਤਰੋ ਆ ਟਰਾਲੀ ਦੇ ਵਿੱਚ ਸਮਾਨ ਜੇ ਆਪਾਂ ਐਂ ਕਰਦਗੇ ਹਾਂ ਆਈਦਾ ਸਕੀ ਨੇ ਥੋੜੇ ਬਾਈ ਕੋਲੇ ਹੁੰਦੀ ਆ ਕੋਈ ਨਾ ਕੋਈ ਤੇ ਆਪਾਂ ਨੂੰ ਚਾਹੀਦਾ ਇੱਕ ਤਾਂ ਮਿੱਤਰੋ ਚਾਹੀਦਾ ਪੈਨ ਤੇ ਇੱਕ ਆਪਾਂ ਨੂੰ ਨੇਮ ਟੈਗ ਵੀ ਚਾਹੀਦੇ ਆ ਉਹ ਵੀ ਲੈਣਾ ਮਿਲਕਿੰਗ ਮਸ਼ੀਨ 750 ਦੀ 800 ਡਾਲਰ ਹੋ ਗਿਆ 1000 ਰਹਿ ਗਿਆ ਆਪਣੇ ਕੋਲੇ ਬਜਟ ਦੇ ਵਿੱਚ ਮਿਲਕ ਕੈਨ ਲੈਣੇ ਆਪਾਂ ਦੋ ਇੰਨਾ ਸਮਾਂ ਜਾ ਵੜੂਗਾ ਇੱਕ ਤਾਂ 에ਅਰ ਟੈਗ ਆ ਇੱਕ ਗੋਲੀਆਂ ਵੀ ਲੈਣੀਆਂ ਬਾਈ ਗੋਲੀਆਂ ਵੀ ਮੁੱਕੀਆਂ ਪਈਆਂ ਵਾ ਯਾਰ ਨੇਮ ਟੈਗ ਨਾਂ ਦੀ ਚੀਜ਼ ਨਹੀਂ ਹੈਗੀ 에ਅਰ ਟੈਗ ਨਾਂ ਦੀ ਚੀਜ਼ ਹੈਗੀ ਆ 에ਅਰ ਟੈਗ ਨਾਲ ਆਪਾਂ ਨਾਂ ਫਿਰ ਰੱਖ ਸਕਦੇ ਆ ਮੇਰੇ ਹਿਸਾਬ ਨਾਲ ਆਪਾਂ ਚਲੋ ਲੈ ਲੈਂਦੇ ਆ ਫਿਰ ਇਹ ਵੀ ਤੇ ਗੂਲੀਆਂ ਲੈ ਲਈਆਂ ਮਿਲਕੀ ਮਸ਼ੀਨ ਲੈ ਲਈ ਦੋ ਮਿਲਕ ਕੈਨਾ ਲੈ ਲਈਆਂ ਸਟੋਪ ਲੈ ਲਿਆ ਸਟੋਪ ਸਟੋਪ ਬਾਈ ਉਧਰੋਂ ਮਿਲਦਾ ਸੀ ਮੇਰੇ ਹਿਸਾਬ ਦੇ ਨਾਲ ਓਕੇ ਤੇ ਇੱਕ ਆਪਾਂ ਲੈ ਲਈਏ ਵਾਈਟ ਮੋਲਡ ਫਰ ਕਾਓ ਬਲੂ ਮੋਲਡ ਕਾਓ ਆਹ ਗੋਟ ਆਲਾ ਬਲੂ ਮੋਲਡ ਲਈਏ ਬਾਈ 1456 ਰੁਪਏ ਲੱਗੇ ਬਾਈ ਆਪਣੇ ਆਹ ਸਮਾਨ ਲੈ ਕੇ ਚੱਲੀਏ ਕਿਹੜਾ ਘਰ ਨੂੰ ਆ ਆਪਣੇ ਏਅਰ ਟੈਗ 20 ਜਨਵਾਰਾਂ ਤੇ ਲਾ ਸਕਦੇ ਆਪਾਂ ਅੱਜ ਦੋ ਚਾਰ ਆਪਾਂ ਕਮੈਂਟ ਪਿਕ ਕਰਕੇ ਤੇ ਨਾਂ ਰੱਖਣੇ ਆ ਲਓ ਵੀ ਮਿੱਤਰੋ ਹੁਣ ਖਿੱਚ ਕੇ ਹਾਰਡਵੇਅਰ ਸਟੋਰ ਨੂੰ ਭੁੰਡੀ ਦੇਖ ਲਓ ਮਿੱਤਰੋ 2000 ਲੱਗ ਗਿਆ ਆਪਣਾ ਪਾਈ ਸਾ ਦਾ ਲੱਗਦਾ ਹੈ ਹਜੇ ਮਿੱਤਰੋ ਆਪਾਂ ਨੂੰ ਇਹ ਨਹੀਂ ਪਤਾ ਕਿ ਬਾਈ ਮਿਲਕਿੰਗ ਮਸ਼ੀਨ ਆ ਜਿਹੜੀ ਉਹ ਕਿਵੇਂ ਕੰਮ ਕਰਨੀ ਆ ਬਾਈ ਪਤਾ ਨਹੀਂ ਮਿੱਤਰੋ ਕਿਵੇਂ ਹੋਰ ਨਾ ਕਿਤੇ ਮਿੱਤਰੋ ਥਣਾ ਚ ਆਪਣੇ ਤੋਂ ਚੜੇ ਹੀ ਨਾ ਉਹ ਆ ਕੀ ਬਈ ਓ ਇਹਨਾਂ ਦੀ ਚਲਾਉਣੀ ਬੜੀ ਗੰਦੀ ਆ ਬਾਈ ਲਓ ਵੀ ਮਿੱਤਰੋ ਆ ਗਏ ਹਾਰਡਵੇਅਰ ਸਟੋਰ ਇੱਥੋਂ ਚੱਕੀਏ ਆਪਾਂ ਸਟੂਬ 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 ਚਾਚਾ ਜੀ ਸਟੂਬ ਸਟੂਬ ਆਹੀਂ ਚੱਲੂਗਾ ਕਿ ਇਹਦੇ ਚ ਤੇਲ ਤੂਲ ਵੀ ਪਾਉਣਾ ਪੈਣਾ ਵਾ ਆ ਰਿਹਾ ਮਿੱਤਰੋ ਸਟੂਬ ਕੰਪੈਕਟ ਕੁੱਕਰ ਕੁੱਕਰ ਜਾਂ ਸਟੋਵ ਸਟੋਵ ਕਹੀ ਜਾਂਦਾ ਸੀ ਮੈਂ ਤੇ ਬਾਕੀ ਸਮਾਨ ਤਾਂ ਆਪਣੇ ਕੋਲੇ ਹੈਗਾ ਵਾ ਮੇਰੇ ਹਿਸਾਬ ਨਾਲ ਹੋਰ ਤਾਂ ਕੋਈ ਨਹੀਂ ਚਾਹੀਦਾ ਆਪਾਂ ਨੂੰ ਲਾਓ ਵੀ ਮਿੱਤਰੋ ਮਾਰ ਗਏ ਇੱਥੇ ਬ੍ਰੇਕ ਤੇ ਪਹਿਲਾਂ ਤਾਂ ਕੁਲਰ ਕਰੀਏ ਪਾਸੇ ਮਿਲਕਿੰਗ ਮਸ਼ੀਨ ਲਾ ਕੇ ਦੇਖੀਏ ਇੱਥੇ ਉ ਤਰੀ ਆਹ ਕੰਮ ਸੈਟ ਹੈ ਇਹਨੂੰ ਜਮਾ ਸੈਂਟਰ ਦੇ ਚ ਚਲਾਈਏ ਇੱਥੇ ਆਹ ਹੋ ਗਿਆ ਕੰਮ ਜਮਾ ਓਕੇ ਤੇ ਆਹ ਕੰਨਾਂ ਵੀ ਲਾਈਏ ਮੇਰੇ ਹਿਸਾਬ ਨਾਲ ਇਹਦੇ ਚ ਲੱਗਣਾ ਹਾਂ ਮੈਨੂੰ ਪਤਾ ਸੀਗਾ ਕਿਉਂਕਿ ਦੁੱਧ ਦੁੱਧ ਕਰਨ ਵਾਸਤੇ ਤਾਂ ਚਾਹੀਦਾ ਸੀ ਇਹਨੂੰ ਆਪਾਂ ਪਿਕਅਪ ਕਰ ਲਿਆ ਹਾਂ ਭਾਈ ਗਾਂ ਇੱਥੇ ਖੜੇ ਖੜੇ ਚੋ ਸਕਦੇ ਆਪਾਂ ਯਾਰ ਕਿਸੇ ਹਿਸਾਬ ਦੇ ਨਾਲ ਖੜਜੋ ਲਓ ਵੀ ਮਿੱਤਰੋ ਕਿਉਂ ਵੇਖੋ ਹੁਣ ਆਪਾਂ ਨੂੰ ਮਤਲਬ ਬਾੜੀ ਮਿਹਨਤ ਕਰਨ ਦੀ ਲੋੜ ਨਹੀਂਗੀ ਐਥੇ ਕਰਨੀ ਤਾਂ ਚਾਹੀਦੀ ਹੈ ਮਿਹਨਤ ਲਓ ਵੀ ਮਿੱਤਰੋ ਆਹ ਕੰਮ ਤਾਂ ਔਖਾ ਹੀ ਸੀ ਬਾਈ ਓਏ 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 ਗਾਂਂ ਤਾਂਗਣਾ ਕਰ ਤਾਂਗਣਾ ਕਰ ਲਓ ਵੀ ਮਿੱਤਰੋ ਕਿੰਨੇ ਲੀਟਰ ਦਿੱਤਾ 14 ਬਈ ਇੱਕ ਟਾਈਮ ਦਾ 7 ਦਿੰਦੀ ਹੈ ਇਹਨੇ 14 ਦਿੱਤਾ ਬੱਲੇ ਓਏ ਕੀ ਬਾਤ ਹੈ ਬਾਈ ਤੇ ਹੁਣ ਆਪਾਂ ਰੱਖੀਏ ਸਟੋਵ ਜਾਂ ਜਾ ਕੇ ਸਟੋਵ ਨੂੰ ਰੱਖੀਏ ਆਪਾਂ ਇੱਥੇ ਇਹ ਆ ਚੱਕੋ ਮੋਲਡ ਨੂੰ ਰੱਖੀਏ ਇੱਥੇ ਇਹ ਤੇਰੀ ਭਾਈ ਪੂਰਾ ਹੀ ਕੰਮ ਨਾਲੇ ਕਮਰਾ ਮਿੱਤਰੋ ਜਾਗਦਾ ਵੇਖੋ ਕਿੰਨਾ ਘੰਟਾ ਪਈ ਓਏ ਆ ਗਿਆ ਆਪਣਾ ਪੈਣ ਤੇ ਹੁਣ ਬਣਾ ਕੇ ਦੇਖੀਏ ਕਿਵੇਂ ਬਣਾਨਾ ਆਂਡੇ ਵੀ ਚਾਹੀਦੇ ਹਨਾ ਮੇਰੇ ਹਿਸਾਬ ਨਾਲ ਆਪਾਂ ਇੱਥੇ ਵਿਖ ਪੜਿਆ ਸੀ ਯਾਰ ਮੈਂ ਨਾ ਚੀਜ਼ ਵਾਸਤੇ ਕਿ ਆਂਡੇ ਉਂਡੇ ਵੀ ਚਾਹੀਦੇ ਆ ਆ ਆਪਣਾ ਮੇਰੇ ਸਾਬ ਨਾਲ ਇੱਚ ਰੱਖ ਕੇ ਚੀਜ਼ ਬਣੂਗੀ ਚਲੋ ਆਂਡਾ ਆਂਡਾ ਵੀ ਲੈ ਆਈਏ ਮੇਰੇ ਸਾਨ ਆਂਡਾ ਆਂਡਾ ਵੀ ਇਹਦੇ ਚ ਪੈਣਾ ਵਾ ਪਤਾ ਨਹੀਂ ਮੀਟ ਦੇ ਵਿੱਚ ਪੈਂਦਾ ਯਾਰ ਮੈਂ ਚੱਜ ਨਾਲ ਪੜਿਆ ਨਹੀਂ ਪਰ ਲੈ ਚੱਲਦੇ ਆ ਚੱਲ ਇੱਕ ਟੋਕਰੀ ਜੇ ਟੋਕਰੀ ਚ ਪਏ ਹੋਣ ਤਾਂ ਨਹੀਂ ਫਿਰ ਆਪਾਂ ਨੂੰ ਭਰਨੀ ਪੈਣੀ ਆ ਟੋਕਰੀ ਟੋਕਰੀ ਚ ਪਏ ਆ ਮਿੱਤਰੋ 40 ਆਂਡੇ ਪਏ ਆ ਟੋਕਰੀ ਦੇ ਵਿੱਚ ਮਾੜੇ ਮੋٹے ਥੋੜੋ ਪਏ ਆ ਟੋਕਰੀ ਭਰੀ ਪਈ ਆਪਣੀ ਆਂਡਿਆਂ ਦੀ ਆ ਰੱਖੀਏ ਇੱਥੇ ਤੇ ਦੁੱਧ ਵਾਲਾ ਤਾਂ ਆਪਣਾ ਉਹ ਡਰੰਮ ਭਰਿਆ ਪਿਆ ਬਾਈ ਸੌ ਗੀਆਂ ਮਿੱਤਰੋ ਗਾਵਾਂ ਗੁੰਮਾਂ ਸੌ ਗੀਆਂ ਸਾਰੀਆਂ ਬੱਚੇ ਪੁੱਛੇ ਜਾਨਵਰ ਜਾਨਵਰ ਜੇ ਆਪਣੇ ਸੌ ਗਏ ਆ ਤੇ ਹੁਣ ਆਪਾਂ ਰਾਤ ਨੂੰ ਮਾੜਾ ਮਾੜਾ ਲਓ ਮਿੱਤਰੋ ਇਹ ਚ ਕਰਤਾ ਆਪਾਂ ਮਿਲਕ ਐਡ ਤੇ ਇਹਨੂੰ ਸਟਾਰਟ ਕੁਕਿੰਗ ਕਰਕੇ ਅੜ ਜਾ ਮੋਲਡ ਵੀ ਪਾਦਗੇ ਨਾ ਇਹ ਐਡ ਮੋਲਡ ਐਡ ਹੋ ਗਿਆ ਆਂਡਾ ਆਂਡਾ ਵੀ ਐਡ ਕਰਤਾ ਤੇ ਸਟਾਰਟ ਕੁਕਿੰਗ 4% 10% 100% ਕਰਨੀ ਆ ਉਸ ਤੋਂ ਬਾਅਦ ਬੰਦ ਵੀ ਕਰਨਾ ਹਨਾ ਕਿ ਆਟੋਮੈਟਿਕ ਬੰਦ ਹੋ ਜਾਊਗਾ ਹੋਰ ਨਾ ਨਾ ਕਿਤੇ ਦੁੱਧ ਸਾਰਾ ਉਬਲ ਜਾ ਮਿੱਤਰੋ ਇਹਦਾ ਨਿਗਾ ਰੱਖਣੀ ਪਿਆ ਕਰਨੀ ਆ ਆਪਾਂ ਨੂੰ ਬਾਕੀ ਮਿੱਤਰੋ ਜਿਹੜਾ ਸਹੀ ਪ੍ਰੋਸੈਸ ਹੋਇਆ ਜੇ ਕਿਸੇ ਨੂੰ ਪਤਾ ਨਾ ਕਮੈਂਟਾਂ ਦੇ ਵਿੱਚ ਕੋਈ ਟਿਪ ਉਹ ਜਰੂਰ ਦੱਸ ਦਿਓ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਟਾਈਪ ਕਰ ਦਿਓ ਤੇ ਆ ਹੋ ਗਿਆ ਓਕੇ ਟੇਕ ਦਾ ਪ੍ਰੋਡਿਊਸ ਤੇ ਇਹਨੂੰ ਰੱਖਣਾ ਆਪਾਂ ਇਹਦੇ 'ਚ ਮੇਰੇ ਹਿਸਾਬ ਦੇ ਨਾਲ ਟੈਗ ਜਾ ਲਓ ਵੀ ਮਿੱਤਰੋ ਇਹਦੇ 'ਚ ਰੱਖਤਾ ਇਹਨੂੰ ਕਰਦਗੇ ਬੰਦ ਯਾਰ ਚੱਜ ਨਾਲ ਨਹੀਂ ਰੱਖਿਆ ਗਿਆ ਕੱਢ ਦਿਓ ਲਓ ਵੀ ਮਿੱਤਰੋ 100 ਦਾ 100% ਇਹ ਪਤਾ ਨਹੀਂ ਮਿੱਤਰੋ ਕੀ ਬਣੂਗਾ ਹੁਣ ਚੀਜ਼ ਬਣਨੀ ਚਾਹੀਦੀ ਹੈ ਇਹ ਤੇ ਕੰਮ ਹੋ ਗਿਆ ਓਕੇ ਤੇ ਆ ਆਪਣਾ ਸਿਸਟਮ ਤੁਸੀਂ ਦੇਖ ਲਿਆ ਚੀਜ਼ ਵਾਲਾ ਹੋ ਗਿਆ ਸ਼ੁਰੂ ਹੁਣ ਮੜਾ ਇਹ ਸੌਂਝਗੇ ਤੇ ਉੜਦੇ ਸਾਰ ਆਪਾਂ ਇਹਨਾਂ ਦੇ ਰੱਖਦੇ ਆ ਨਾਮ ਲੋ ਵੀ ਮਿੱਤਰੋ ਨੈਕਸਟ ਮਾਰਨਿੰਗ ਹੋਗੀ ਤੇ ਮੈਂ ਤਿੰਨ ਨਾਮ ਚੂਜ਼ ਕੀਤੇ ਆ ਦੋ گاਵਾਂ ਲਈ ਇੱਕ ਬੁੱਲੇ ਦੇ ਲਈ ਤੇ ਬਾਕੀ ਤੁਸੀਂ ਕਮੈਂਟਾਂ ਦੇ ਵਿੱਚ ਹੋਰ ਦੱਸ ਦਿਓ ਕਿਉਂਕਿ ਆਪਾਂ ਬਈ ਬਾਧੂ گاਵਾਂ ਲਿਆਉਣੀਆਂ ਤੋਂ ਫਿਰ ਸੋਹਣੇ-ਸੋਹਣੇ ਰੱਖਾਂਗੇ ਤੇ ਬਾਈ ਕਹਿੰਦਾ ਸੀ ਇੱਕ ਰਾਜਵੀਰ ਬਰਾੜ ਰਾਣੀ ਤੇ ਰਾਣਾ ਤੇ ਗੇਮਿੰਗ ਵਿਦ ਗੱਲ ਕਹਿੰਦਾ ਸੀ ਕਾ ਉਹਦਾ ਨਾਮ ਰੱਖੋ ਰਾਣੂ ਤੇ ਰਾਣੂ ਸੋਹਣਾ ਲੱਗ ਰਿਹਾ ਤੇ ਨਾਲ ਬਲਦ ਦਾ ਨਾਮ ਆਪਾਂ ਰੱਖ ਦੇਣਾ ਰਾਣਾ ਰਾਣਾ ਕਾ ਸਿੱਧਾ ਪੁਆਇੰਟਮੈਂਟ ਲਿਟਰ ਆਤਾ ਹੈ ਉਹ ਵਾਲਾ ਰਾਣਾ ਮਿੱਤਰੋ ਤੇ ਇਹਦਾ ਆਪਾਂ ਨਾਮ ਰੱਖਦੇ ਆ ਰਾਣੂ ਵੱਟੇ ਰਾਨੋ ਵੱਡਾ ਮੜਾ ਵੱਡਾ ਕਰਕੇ ਲਿਖੋ ਯਾਰ ਰਾਨੋ ਰਾਨੋ ਰੋਨੋ ਬਣ ਗਿਆ ਨਾ ਇਹ ਤਾਂ ਆ ਬਣਿਆ ਰਾਨੂ ਲਓ ਵੀ ਮਿੱਤਰੋ ਇਹਦਾ ਨਾਮ ਅਜੇ ਤੋਂ ਰਾਨੂ ਕਿਆ ਬਾਤ ਹੈ ਭਾਈ ਸੋਹਣਾ ਨਾਮ ਆ ਮਿੱਤਰੋ ਬਾਕੀ ਇਹ ਸੂਣ ਵਾਲੀ ਵੀ ਆ ਦੇਖੋ ਕੰਨ ਤੇ ਟੈਗ ਵੀ ਲੱਗ ਗਿਆ ਤੇ ਹੁਣ ਚੱਲਦੇ ਆਪਾਂ ਬਲਦ ਕੋਲੇ ਤੇ ਇੱਕ ਬਾਈ ਨੇ ਹੋਰ ਦੱਸਿਆ ਸੀ ਨਾਮ ਲਾਡੋ ਲਾਡੋ ਨਾਮ ਰੱਖਦੇ ਆ ਮਿੱਤਰੋ ਹੁਣ ਇੱਕ ਇੱਕ ਗਾਂ ਦਾ ਆਪਾਂ ਨਾਮ ਰੱਖਦੇ ਆ ਲਾਡੋ ਓਏ ਤੂੰ ਲਾਡੋ ਚੱਲ ਇਹਨਾਂ ਨੂੰ ਫਿਰਦੇ ਰਹਿੰਦੇ ਆ ਮਿੱਤਰੋ ਇੱਥੇ ਘੇੜਾ ਗੂੜਾ ਕੱਢ ਲੈਣ ਦੇ ਗਏ ਤੇ ਇਹਦਾ ਨਾਮ ਆਪਾਂ ਰੱਖਣਾ ਸੀਗਾ ਰਾਣਾ ਰਾਣਾ ਇਹ ਆ ਰਾਣਾ ਤੇ ਆ ਬਣ ਗਈ ਲਾਡੋ ਲਾਡੋ ਕੀ ਬਾਤ ਹੈ ਲਾਡੋ ਤੇ ਰਾਣਾ ਹਜੇ ਆ ਦੋ ਜਾਨਵਰ ਹੋਰ ਪਈਆਂ ਇਹਨਾਂ ਦੇ ਨਾਮ ਰੱਖਣ ਵਾਲੇ ਇਹ ਹੁਣ ਪਤਾ ਨਹੀਂ ਕੀ ਹੈ ਤੇ ਆ ਵੀ ਬਲਦਾ ਇਹਦਾ ਵੀ ਨਾਮ ਰੱਖਣ ਵਾਲਾ ਵਾ ਤੇ ਦੱਸਿਓ ਮੈਨੂੰ ਕਮੈਂਟਾਂ ਦੇ ਵਿੱਚ ਕਿਵੇਂ ਲੱਗਦੇ ਪਈਆਂ ਨਾਮ ਬਈ ਤੇ ਤੁਸੀਂ ਵੀ ਦੱਸਿਓ ਜਿਹੜਾ ਵੀ ਤੁਹਾਨੂੰ ਮਤਲਬ ਹੈਗਾ ਕਿ ਹੈਪੀ ਵਧੀਆ ਲੱਗੂਗਾ ਇਹ ਰੱਖ ਤੇ ਜੇ ਆਪਾਂ ਨੂੰ ਘੈਂਟ ਲੱਗਿਆ ਤਾਂ ਮਿੱਤਰੋ ਆਪਾਂ ਜ਼ਰੂਰ ਰੱਖਾਂਗੇ ਤੇ ਚੀਜ਼ ਜੀ ਰੱਖੀ ਸੀ ਪਤਾ ਨਹੀਂ ਮਿੱਤਰੋ ਬਣੀ ਹੋਊ ਕਿ ਨਹੀਂ ਚੈੱਕ ਕਰਦੇ ਆਂ ਆਪਾਂ ਇੱਕ ਦਿਨ ਤਾਂ ਪੂਰਾ ਹੋ ਹੀ ਗਿਆ ਵਾ ਤੇ ਇੱਧਰ ਤਾਂ ਨਹੀਂ ਕੋਈ ਕਰਨ ਵਾਲਾ ਕੰਮ ਨਹੀਂ ਇੱਧਰ ਕੋਈ ਕਰਨ ਵਾਲਾ ਨਹੀਂਗਾ ਤੇ ਮੈਂ ਕਹਿੰਦਾ ਜਮੇ ਓਕੇ ਹੋ ਗਿਆ ਧਾਰ ਵੀ ਚੁੰਦੇ ਆ ਦੁਬਾਰਾ ਫੇਰ ਮੈਂ ਕਹਿੰਦਾ ਬਾੜਾ ਦੁੱਧ ਬਾਈ ਆਹ ਦਾ ਸਿਰਾਂ ਕੰਮ ਆ ਲਓ ਵੀ ਮਿੱਤਰੋ ਆਹ ਦਾ ਕੰਮ ਯਾਰ ਫੜਾ ਸੌਖਾ ਬਈ ਯਾਰ ਆਹ ਦੁੱਧ ਚੁੰਨ ਵਾਲਾ ਦਾ ਬਾੜਾ ਸਿਰਾਂ ਕੰਮ ਹੋ ਗਿਆ ਤੇ ਆਹ ਖੋਲ ਕੇ ਵੇਖੀ ਡਰਾਅਰ ਜਾ ਚੀਜ਼ ਚੂਲ ਬਣੀ ਆ ਕਿ ਨਹੀਂ ਟੇਕ ਦਾ ਪ੍ਰੋਡਕਟ ਪਤਾ ਨਹੀਂ ਮਿੱਤਰੋ ਕੀ ਬਣਿਆ ਇਹ ਕੀ ਨਹੀਂ ਬਣਿਆ ਮੈਨੂੰ ਹਜੇ ਪਤਾ ਨਹੀਂ ਮੈਂ ਰੱਖਦਾ ਵਿੱਚ ਪਿਆ ਰਹਿੰਦੇ ਚਲੋ ਚਲੋ ਵੀ ਮਿੱਤਰੋ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਕਮੈਂਟਾਂ ਦੇ ਵਿੱਚ ਮੈਨੂੰ ਜ਼ਰੂਰ ਦੱਸਿਓ ਕਿ ਆ ਘੈਂਟ ਲੱਗਦਾ ਪਿਆ ਕਿ ਨਹੀਂ ਭਾਈ ਤੇ ਇੱਕ ਚੀਜ਼ ਹੋਰ ਜਿਹੜਾ ਮੈਂ ਪਿੱਛੇ ਛੋਟੇ ਕਮਰੇ ਬਣਾਉਣ ਦੀ ਗੱਲ ਕਰਦਾ ਪਿਆ ਸੀ ਕਿ ਉਹ ਬਣਾਈਏ ਕਿ ਨਾ ਤੇ ਭਾਈ ਵੀਡੀਓ ਸਾਰੀ ਦੇਖਿਆ ਕਰੋ ਸਵਾਦ ਹੀ ਫੇਰ ਆਉਂਦਾ ਮਿੱਤਰੋ ਤੇ ਅੱਜ ਦਾ ਮੈਂ ਕਹਿੰਦਾ ਸਿਰਾ ਹੋ ਗਿਆ ਭਾਈ ਅੱਜ ਆਪਾਂ ਇਹਨੂੰ ਬਣਾਉਣ ਤੇ ਲੱਕੜ-ਮੁੱਕੜ ਸਾਰੀ ਲਾਤੀ ਹੁਣ ਆਫਲਾਈਨ ਮੈਂ ਵਾਧੂ ਉਥਾਰੀਆਂ ਲੱਕੜਾਂ ਵੱਢ ਕੇ ਇੱਕ ਕਮਰਾ ਬਣਾਉਣਾ ਉਹ ਭਰ ਦੇਣਾ ਆ ਏ ਭਾਈ ਆਦਰਾਖ ਦੁਰੂਖ ਤੇ ਫੇਰ ਰੁਗ ਗਿਆਉਣਗੇ ਕੋਈ ਨਾ ਮਿੱਤਰੋ ਹੁਣ ਕਰਨਾ ਦਾ ਪੈਂਦਾ ਹੀ ਆ ਖਰੀਦ ਕੇ ਤਾਂ ਮਹਿੰਗੀਆਂ ਹੀ ਬਹੁਤ ਪੈਂਦੀਆਂ ਆ ਤੇ ਆ ਜਮਾ ਕੰਮ ਹੋ ਗਿਆ ਓਕੇ ਆਏ ਹਾਏ ਹਾਏ ਕੀ ਬਾਤ ਹੈ ਕਾਵਾ ਵੀ ਆਪਣੀ ਸੂਨ ਵਾਲੀ ਆ ਇੰਦਰ ਫਿਕਸ ਵੀ ਵਾਧੂਗਾ ਵਧੀਆ ਲੱਗੀ ਤਾਂ ਵੀਡੀਓ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਬਪਾਏ ਮੁੰਡੇ ਚਰਨੀ ਚਕਾਉਂਦੇ ਮਾਰਨਾ ਮੰਜੂਰੀਆ ਬੰਦਾ ਮਾਰਨੇ ਦਾ ਕੰਮ ਸਾਡਾ ਦਸਤੂਰ ਆ ਗੱਲ ਕਰਦਾ ਆ ਪੂਰੀ ਜਿਹੜੀ ਕਹਿ ਦਵਾ ਪਹਿਲੀ ਕੰਮ ਹੌਲੀ ਹੌਲੀ ਕਰਾ ਕਰਦਾ ਨਾ ਅਣਖੇਲੀ ਮੁੰਡਾ ਪੱਟਿਆ ਰਖਾਨੇ ਤੇਰੀ ਨੋਜ਼ ਪੈਨਦਾ ਤੇਰਾ ਝੂਟੇ ਖਾਦਾ ਲੱਕ ਮੇਰਾ ਸੀਨਾ ਬੈਨਦਾ ਹੁਣ ਤੇਦੇ ਤੂੰ ਜਵਾਬ ਬੋਲਦਾ ਨਹੀਂ ਮੈਂ ਬੋਲਦਾ ਜਿਵੇਂ ਪਿੰਡੂ ਜਿਆ ਮੁੰਡਾ ਕੋਲੇ ਮੋਗੇ ਕੋਲ